ਜਸਟਿਸ ਦੇਖ ਰਹੇ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਪੰਜਾਬ ਵਿੱਚ ਸਿਆਸੀ ਕਤਲਾਂ 'ਤੇ ਸਿਆਸਤ ਪੱਖੀ ਹੋਈ ਹੈ, ਇੱਕ ਦੂਜੇ 'ਤੇ ਇਲਜ਼ਾਮ ਤਰਾਸ਼ੀਆਂ ਤੇਜ਼ ਹੋ ਗਈਆਂ ਨੇ। ਇੱਕ ਹੋਰ ਸਾਬਕਾ ਸਰਪੰਚ ਦਾ ਕਤਲ ਕਰ ਦਿੱਤਾ ਗਿਆ। ਇਹ ਸਾਬਕਾ ਸਰਪੰਚ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹੈ ਅਤੇ ਇਹ ਸਾਬਕਾ ਸਰਪੰਚ ਦਾ ਨਾਮ ਹੈ ਗੁਰਦੀਪ ਸਿੰਘ। ਮਜੀਠਾ ਹਲਕੇ ਦੇ ਗੁਰਦੀਪ ਸਿੰਘ ਦਾ ਮਰਡਰ ਕੀਤਾ ਗਿਆ ਅਤੇ ਇਸ 'ਤੇ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਹੈ ਜਿਹੜੀ ਉਹ ਸੂਬਾ ਸਰਕਾਰ 'ਤੇ ਹਮਲਾਵਰ ਹੋ ਗਈ ਹੈ। ਪਰ ਸਾਡਾ ਸਵਾਲ ਇੱਕੋ ਹੀ ਹੋਵੇਗਾ ਕਿ ਇਸ ਲੜਾਈ ਨੂੰ ਬਿਕਰਮ ਮਜੀਠੀਆ ਬਨਾਮ ਸੁਖਜਿੰਦਰ ਰੰਧਾਵਾ ਕਿਉਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਵਾਕਈ ਇਹ ਲੜਾਈ ਹੈ? ਸਵਾਲ ਇੱਕੋ ਹੀ ਪੁੱਛਿਆ ਜਾਵੇਗਾ, ਸਿਆਸੀ ਕਤਲਾਂ ਪਿੱਛੇ ਕਿਹੜੀ ਸਾਜ਼ਿਸ਼? ਅੱਜ ਬਹਿਸ ਕਿਉਂ ਕਰ ਰਹੇ ਹਾਂ, ਟੂ ਦਾ ਪੁਆਇੰਟ ਵੇ ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸੀਏ। ਪੰਜਾਬ 'ਚ ਇੱਕ ਹੋਰ ਸਾਬਕਾ ਅਕਾਲੀ ਸਰਪੰਚ ਦੇ ਕਤਲ 'ਤੇ ਸਿਆਸੀ ਘਮਸਾਨ ਮੱਚ ਗਿਆ। ਬਟਾਲਾ ਵੇ ਦਲਬੀਰ ਸਿੰਘ ਤੋਂ ਬਾਅਦ ਮਜੀਠਾ ਦੇ ਅਕਾਲੀ ਆਗੂ ਗੁਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ। ਅਕਾਲੀ ਆਗੂਆਂ ਦੇ ਕਤਲ 'ਤੇ ਸੂਬਾ ਸਰਕਾਰ ਵਿਰੁੱਧ ਹਮਲਾਵਰ ਹੋਈ ਹੈ ਅਕਾਲੀ ਲੀਡਰਸ਼ਿਪ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਇੱਕ ਸੁਰ 'ਚ ਕਿਹਾ ਕਿ ਕਾਂਗਰਸ ਦੀ ਸ਼ਹਿ 'ਤੇ ਕਤਲ ਹੋਇਆ। ਗੁਰਦੀਪ ਸਿੰਘ ਕਤਲਕਾਂਡ ਮਾਮਲੇ 'ਚ ਪੁਲਿਸ ਨੇ 5 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। 2 ਬਾਈ ਨੇਮ ਪਰਚੇ ਹੋਏ ਆ, 3 ਅਣਪਛਾਤੇ ਆ ਜਿਹੜੇ ਪੁਲਿਸ ਦੇ ਮੁਤਾਬਕ ਸਾਡੇ ਕੋਲ ਜਿਹੜੀ ਹੁਣ ਤੱਕ ਜਾਣਕਾਰੀ ਹੈ। ਮੇਰੇ ਸਾਥੀਆਂ ਨੂੰ ਟਾਰਗੇਟ ਕਰਕੇ ਮੈਨੂੰ ਡਰਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਾਇਆ ਗੈਂਗਸਟਰਾਂ ਦੇ ਨਾਲ ਨੈਕਸਸ ਦੇ ਅਕਾਲੀਆਂ ਨੇ ਮੁੜ ਜੇਲ੍ਹ ਮੰਤਰੀ ਸੁੱਖੀ ਰੰਧਾਵਾ ਨੂੰ ਘੇਰਿਆ। ਗੈਂਗਸਟਰਾਂ ਨੂੰ ਕਿਸ ਨੇ ਪਾਲਿਆ? ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਇਹ ਜਾਂਚ ਦੀ ਮੰਗ ਕੀਤੀ ਹੈ। ਸਿਆਸਤ ਕਹਿੰਦੀ ਕੀ ਹੈ ਪਹਿਲਾਂ ਸੁਣ ਲਈਏ। ਮਗਰ ਮੈਂ ਤੁਹਾਨੂੰ ਇਹ ਜ਼ਿੰਮੇਵਾਰ ਸੱਜਣ ਵਾਂਗੂ ਕਹਿ ਰਿਹਾ ਕਿ ਮੈਨੂੰ ਸੁਨੇਹਾ ਆਇਆ ਜੀ, ਔਰ ਹਾਂ ਮੈਨੂੰ ਸਿੱਧੇ ਫੋਨ ਨਹੀਂ ਆਇਆ, ਬਟ ਮੇਰੇ ਨਾਲ ਜੋ ਰਹਿੰਦੇ ਆ ਉਹਨਾਂ ਨੂੰ ਫੋਨ ਆਇਆ ਕਿ ਇਹਨੂੰ ਹਟਾ ਲਓ। ਔਰ ਮੈਂ ਬਾਰ ਬਾਰ ਤੁਹਾਨੂੰ ਕਹਿ ਰਿਹਾ ਸਿਚੁਏਸ਼ਨ ਇਜ਼ ਵੈਰੀ ਸੀਰੀਅਸ ਐਂਡ ਵੈਰੀ ਅਲਾਰਮਿੰਗ। ਔਰ ਇੱਕੋ ਮੈਂ ਬੰਦੇ ਦਾ ਬਾਰ ਬਾਰ ਨਾਂ ਲੈ ਰਿਹਾ, ਬਾਰ ਬਾਰ ਮੈਨੂੰ ਹੁਣ 2 ਮਹੀਨੇ ਹੋ ਗਏ ਉਹ ਬਗੈਰ ਮਿਨਿਸਟਰ ਦੀ ਸਰਪ੍ਰਸਤੀ ਤੋਂ ਬਗੈਰ ਨਹੀਂ ਉਹਦਾ ਕੰਮ ਚੱਲ ਸਕਦਾ। ਅਸੀਂ ਪਿਛਲੀ ਵਾਰੀ ਵੀ ਪ੍ਰੈਸ ਕਾਨਫਰੰਸ ਦੀ ਤੁਸੀਂ ਸਾਡੀ ਕੱਢ ਕੇ ਦੇਖ ਲਓ, ਉਦੋਂ ਵੀ ਵਰਡ ਯੂਜ਼ ਕੀਤਾ ਸੀ ਕਿ ਹੋਰ ਪੋਲੀਟੀਕਲ ਮਰਡਰਸ ਹੋ ਸਕਦੇ ਆ। ਔਰ ਅੱਜ ਮੈਂ ਫਿਰ ਕਹਿੰਦਾ ਕਿ ਸੀਨੀਅਰ ਲੀਡਰਸ ਦੇ ਵੀ ਹੋ ਸਕਦੇ ਆ, ਕਿਉਂਕਿ ਜਿਹੜਾ ਅਸਲੀ ਐਂਗਲ ਹੁੰਦਾ ਤੁਸੀਂ ਸਪਾਰੀ ਕਿਲਰ ਨੂੰ ਫੜ ਕੇ ਜਿਹੜਾ ਹੈਗਾ ਲੋਕਾਂ ਨੂੰ ਸੈਟਿਸਫਾਈ ਨਹੀਂ ਕਰ ਸਕਦੇ ਕਿ ਸਮੱਸਿਆ ਖਤਮ ਹੋ ਗਈ। ਇੱਕ ਮਜੀਠੀਆ ਅਤੇ ਸੁੱਖੀ ਰੰਧਾਵਾ ਜਿਹੜਾ ਚੱਲ ਰਿਹਾ ਉਸ ਕਲੇ ਚੱਲ ਰਿਹਾ ਗੈਂਗਸਟਰ ਨੂੰ ਆ, ਉਹ ਕਾਨੂੰਨ ਦੀ ਸਮੱਸਿਆ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਜਿਹੜਾ ਵੀ ਗੈਂਗਸਟਰ ਆ ਉਹਦੀ ਜਾਂਚ ਹੋਵੇ, ਪਤਾ ਲੱਗੇ ਕਿ ਉਹ ਮਜੀਠੀਆ ਸਾਹਿਬ ਨੇ ਪਾਲਿਆ ਸੀਗਾ ਜਾਂ ਉਹ ਸੁੱਖੀ ਜੀ ਨੇ ਪਾਲਿਆ ਗਿਆ। ਕਿਉਂਕਿ ਬੜਾ ਸਪੱਸ਼ਟ ਆ ਕਿ ਜਦੋਂ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਬਹੁਤ ਸਾਰੇ ਗੈਂਗ ਜਿਹੜੇ ਹੈਗੇ ਨੇ ਕਿ ਪੈਦਾ ਹੋਏ ਸੀਗੇ ਔਰ ਬਹੁਤ ਸਾਰੇ ਆਮ ਲੋਕਾਂ ਨੂੰ ਲੁੱਟਦੇ ਸੀਗੇ, ਆਮ ਲੋਕਾਂ 'ਚ ਦਹਿਸ਼ਤ ਪਾ ਕੇ ਉਹਨਾਂ ਦਾ ਲੁੱਟ ਸੁੱਟਦੇ ਕਰਦੇ ਸੀਗੇ। ਸੋ ਉਹ ਜਿਹੜੇ ਅੱਜ ਗੈਂਗਸਟਰ ਨੇ, ਮੈਂ ਸਮਝਦਾ ਜੋ ਗੈਂਗਸਟਰਾਂ ਨੂੰ ਜਿਹੜਾ ਹੈਗਾ ਕਾਂਗਰਸ ਪਾਰਟੀ ਨੇ ਆਪਣੀ ਪਾਰਟੀ ਸ਼ਾਮਿਲ ਕਰ ਲਿਆ, ਇਹੀ ਕਾਰਨ ਹੈ ਕਿ ਜੋ ਗੈਂਗਸਟਰ ਪੰਜਾਬ 'ਚੋਂ ਖਤਮ ਨਹੀਂ ਹੋਏ ਔਰ ਜੇਲ੍ਹਾਂ 'ਚ ਵੀ ਓਪਰੇਟ ਕਰਦੇ ਨੇ, ਜੇਲ੍ਹਾਂ ਤੋਂ ਬਾਹਰ ਵੀ ਜਿਹੜਾ ਉਹਨਾਂ ਦਾ ਰਾਹ ਚੱਲ ਰਿਹਾ। ਇਹ ਪੜਚੋਲ ਤੁਹਾਨੂੰ ਪੁਲਿਸ ਵਾਲੇ ਜਵਾਬ ਦੇ ਜਵਾਬ ਦੇ ਸਕਦੇ ਜਾਂ ਉੱਥੇ ਲੋਕਲ ਲੋਕ ਜਾਣਦੇ? ਪਰ ਸਰ ਕਾਨੂੰਨ ਵਿਵਸਥਾ 'ਤੇ ਅਕਾਲੀ ਦਲ ਸਵਾਲ ਖੜੇ ਕਰ ਦਿੰਦਾ। ਅਕਾਲੀ ਦਲ ਨੂੰ ਪੁੱਛੋ ਵੀ ਤੁਹਾਡੇ ਹਾਲਾਤ ਰਾਜ ਦੇ ਵਿੱਚ ਠੰਡਦਾਰ ਵੀ ਮਾਰੇ ਜਾਂਦੇ ਰਹੇ, ਠੀਕ ਹੈ ਨਾ? ਕੋਈ ਇੱਦਾਂ ਹੁਣ ਕਿਸੇ ਨਿੱਜੀ ਰੰਜਿਸ਼ ਹੈ, ਦੁਸ਼ਮਣੀ ਹੈ, ਉਹਨੂੰ ਤਾਂ ਨਹੀਂ ਆਪਾਂ ਰੋਕ ਸਕਦੇ, ਠੀਕ ਹੈ ਨਾ? ਉਹ ਤਾਂ ਹੁਣ ਆਪਣੇ ਪਰਸੋਂ ਰਾਤ ਮੋਹਾਲੀ ਜਿਹੜੇ ਵਿਚਾਰੇ 4 ਕੇਟਰਿੰਗ ਵਾਲੇ ਸੁੱਤੇ ਰਹਿ ਗਏ, ਇਹ ਚੀਜ਼ਾਂ ਤਾਂ ਕਿਸੇ ਦੇ ਬਸ ਨਹੀਂ ਹੈ ਨਾ। ਜਿਹੜੀ ਰੰਜਿਸ਼ ਹੈ, ਦੁਸ਼ਮਣੀ ਹੈ, ਉਹ ਤਾਂ ਚੱਲਦੀਆਂ ਆ ਰਹੀਆਂ ਨੇ, ਅਤੇ ਜੋ ਉਦੋਂ ਕਿੰਨੇ ਬੰਦਾਂ ਦੇ ਮਰਡਰ ਹੋਏ ਨੇ, ਇਹ ਨਹੀਂ ਗੱਲ ਹੈਗੀ। ਪਰ ਲੇਕਿਨ ਅਸੀਂ ਅੱਜ ਦੀ ਗੱਲ ਸੁਣ, ਜਿਹੜਾ ਬੰਦਾ ਕਸੂਰ ਉਹ ਕੋਈ ਵੀ ਕਿਉਂ ਨਾ ਹੋਵੇ ਉਹਨੂੰ ਸਜ਼ਾ ਜ਼ਰੂਰੀ। ਸਵਾਲ ਵੱਡਾ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ ਪੰਜਾਬ ਵਿੱਚ ਸਿਆਸੀ ਆਗੂਆਂ ਦੇ ਕਤਲ ਲਈ ਕਿਹੜਾ ਨੈਕਸਸ ਸਾਜ਼ਿਸ਼ ਘੜ ਰਿਹਾ? ਇਸ ਸਵਾਲ 'ਤੇ ਬਹਿਸ ਕਰਾਂਗੇ, ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਜੈ ਸਿੰਘ ਛਿੱਬੜ ਸੀਨੀਅਰ ਜਰਨਲਿਸਟ ਨੇ, ਬੜਾ ਲੰਬਾ ਤਜਰਬਾ ਛਿੱਬੜ ਸਾਹਿਬ ਦਾ। ਛਿੱਬੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ, ਬਰਾੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਤੇ ਗੁਰਮਨੀਤ ਸਿੰਘ ਮਾਂਗੜ ਕਾਂਗਰਸ ਦੇ ਬੁਲਾਰੇ ਆ, ਮਾਂਗੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਕੁਲਸ਼ਿੰਦਰ ਸਿੰਘ ਸਾਬਕਾ SSP ਨੇ, ਖੁਸ਼ਿੰਦਰ ਸਿੰਘ ਖਰਾ ਦਾ ਲੰਬਾ ਤਜਰਬਾ ਹੈਗਾ ਅਤੇ ਪੁਲਿਸ ਦੀ ਇਸ ਪੂਰੇ ਮਾਮਲੇ 'ਚ ਕੀ ਭੂਮਿਕਾ ਰਹਿੰਦੀ ਹੈਗੀ, ਕੁਲਸ਼ਿੰਦਰ ਸਿੰਘ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਕੁਲਸ਼ਿੰਦਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਗੁਰਮਨੀਤ ਮਾਂਗੜ ਤੁਹਾਨੂੰ ਕਰਨਾ ਚਾਹੂੰਗਾ, ਸਰਕਾਰ ਤੁਹਾਡੀ ਹੈ ਅਤੇ ਤੁਹਾਡੇ ਮੰਤਰੀ ਇਹ ਗੱਲ ਕਹਿ ਰਹੇ ਕਿ ਨਿੱਜੀ ਰੰਜਿਸ਼ ਨੂੰ ਅਸੀਂ ਨਹੀਂ ਰੋਕ ਸਕਦੇ, ਇਹਦਾ ਮਤਲਬ ਤੁਸੀਂ ਹੱਥ 'ਚ ਖੜੇ ਕਰਦੇ ਆ ਕਿ ਸਾਡੇ ਤੋਂ ਇਹ ਕਤਲ ਨਹੀਂ ਰੋਕੇ ਜਾ ਸਕਦੇ? ਦੇਖੋ ਜੀ, ਉਹਨਾਂ ਨੇ ਕਿਸ ਕੰਟੈਕਸਟ ਦੇ ਵਿੱਚ ਗੱਲ ਕਹੀ ਹੈ ਉਹ ਚੀਜ਼ ਨੂੰ ਸਮਝਣ ਦੀ ਲੋੜ ਹੈ। ਹੁਣ ਜਿਹੜੇ ਆਪਾਂ ਉਮਰਪੁਰਾ ਵਾਲੇ ਉਹਦੀ ਗੱਲ ਕਰਦੇ ਹਾਂ, ਉਹਦੇ ਵਿੱਚ ਉਹਨਾਂ ਦੀ ਪੁਰਾਣੀ ਰੰਜਿਸ਼ ਸੀਗੀ, ਜਿਹੜਾ ਨਿਰਮਲ ਸਿੰਘ ਅਤੇ ਜਿਹੜਾ ਡਿਸੀਜ਼ਡ ਬੰਦਾ ਹੈਗਾ, ਇਹਨਾਂ ਦਾ ਕੁਛ ਟਾਈਮ ਤੋਂ ਆਪਸ 'ਚ ਚੱਲਦੀ ਆ ਰਹੀ ਸੀਗੀ। ਔਰ ਇਨਫੈਕਟ ਜੇ ਤੁਸੀਂ FIR ਵੀ ਚੈੱਕ ਕਰੋ ਉਹਦੇ ਵਿੱਚ ਵੀ ਉਹਨਾਂ ਨੇ ਤੁਹਾਡਾ ਸਵਾਲ ਅੱਗੇ ਵਧਾਉਂਗਾ, ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਉਹਨਾਂ ਨੇ ਕਿਸ ਕੰਟੈਕਸਟ ਦੇ ਵਿੱਚ ਕਿਹਾ ਸਾਨੂੰ ਉਸ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ, ਹੁਣ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਉਹਨਾਂ ਦੀ ਰੰਜਿਸ਼ ਸੀ ਪੁਰਾਣੀ, ਇਹਦਾ ਮਤਲਬ ਤੁਹਾਨੂੰ ਪਤਾ ਸੀ ਸਭ ਕੁਝ, ਉਸਦੇ ਬਾਵਜੂਦ ਮਰਡਰ ਹੋ ਜਾਂਦਾ? KP ਜੀ ਦੇਖੋ, ਇੱਦਾਂ ਆ
भी हुण किसी नाल मेरी मेरे पिंड किसी नाल रंजिश हो सकती है, लेकिन इहदा इह मतलब नहीं गया कि मेरा मतलब मैं किसी जे अगली पार्टी केस लैवल तक जा सकती है, ये किसी के दिमाग दे विच वड़ के नहीं देखा जा सकता। एक बहुत मतलब सैडनिंग इंसीडेंट होया हैगा, तो मेरी सिंपथीज है जी उस फैमिली दे नाल, बट आई अश्योर यू भी पुलिस इनू इन्वेस्टिगेट कर रही है, तो जेडे भी पॉसिबल पहलू होणगे उन्होंने लुक इन टू किया जाऊगा, तो जेडे दोनों मेन इन्हां ते होर भी केसिस हैगे आ। तुहाडे मंत्री ते सिद्धे सिद्धे इल्जाम लगाए जा रहे हैं कि बिना पोलिटिकल पैटर्नेज तो ये चीज़ां नहीं हो सकतियां। नहीं जी, ए बेसलेस एक्विजिशन ने, इन्वेस्टिगेशन होगी ओदे पता लग जाऊगा। तुसीं बेसलेस एलिगेशन लगा रहे हो सरकार ते। मेरी एक बेनती है, पहली गल तां एक जिहड़ी इनू पोलिटिकल जिहड़ी हैगी ने एक लड़ाई ना समझा जाए, जदों किते अग लगदी है ना वह एक अंगियारे तो ही लगती है, तो वह ये नहीं पता मुड़ के जदों चलती है फिर किहदे किहदे घर साड़दी है। इस करके सरकार च बैठे सारे मेरे सज्जणां नूं भावें उह कोई मंत्री है, कोई MLA है, कोई अफसर है, तो भावें मुख्यमंत्री है, ये गल समझ लैनी चाहिए है कि जिहड़ी अग अज धुखनी हुई है, शुरू हुई है, इहदे इह पता नहीं कित्थे जा के रुकनी है जे तुसीं नहीं रोकोगे। मैं एक बेनती करदा, उन्हां दी दुश्मनी किन्नी क मैं तुहानूं दस दिंदा, तो वह दुश्मनी वाले लोग कौन ने वो भी मैं थोड़ी थोड़ी जी दस दिना। गुरजीत कौर सरपंच जिहड़ा साडा बाबा गुरदीप सिंह मारा गया, तो घरवाली जिहड़ी है सरपंच है साडी मौजूदा, पहला ये सरपंच सी हुण ये घरवाली सरपंच सी, ये सामने जिहड़ी लड़ी उहदा नाम भी गुरजीत कौर सी, ते गुरजीत कौर दे दो मुंडे है, एक हरमन है एक हरप्रीत हैप्पी है। जिहड़ा हरमन है उहदे बारे थोड़ी जी गल करना चाहूँगा, आ जिहड़ा हरविंदर सिंह संधू नाँ ते एक चलता, तो पवित्र जिहड़ा ग्रुप हैगा एक जिहदे च चार SSPs ने कहा कि यह जिहड़ा गैंग है पवित्र गैंग जग्गू इहनू चलाउंदा, तो यह दिन दुगनी तो रात चौगनी तरक्की कर रहा है। 21 नवंबर के HT दे विच रिपोर्ट जिहड़ी है चार SSPs ने ते सारयां ने रिपोर्ट दित्ती सी। इह जिस दिन एक कतल हुंदा जिहड़ा उह जिहदे च 25-30 जिहड़े सी फायर मार के मार दित्ता जांदा है पंडोरी वड़ैचां दे विच, उस दिन यह ये जिहड़ा पवित्र ग्रुप है ये पोस्ट पाउंदा, उन्होंने कहा यह असी 25 मार सकते हैं, जिहड़ा कोई होर बोलूगा उहदे 100 मारांगे, 7 गोलियां असी पहलां भी फलाने पिंड वाले दे मारियां, क्योंकि यह हरमन वीर दा टाइम चुकाउण नूं फिरदा सी, मतलब कि हरमन वीर नूं चुकाउण नूं फिरदा सी, ते इह इस गल नूं समझ ले जे कोई होर इहदू बाद बोले तां। इह हरमन बारे है, एक हरमन दा एक सबूत आ गया। दूजा ये हरमन दा जिहड़ा हैगा आ पवित्र ग्रुप की भी नाल उन्हों की आपकी ID चलती है जी, अज भी चल रही है, 2 नवंबर यदा हरमन का जन्मदिन है, तो वह आपकी ID पा के इनू कह रहे हैं कि जन्मदिन बहुत बहुत मुबारक जटा, परमात्मा रखे, मतलब परमात्मा मेहर रखे, जो भी है इन्हें लिखा एक गल मैं थोनू हरमन की। हुण हरमन तो ये जिहड़ा पवित्र गैंग ते जग्गू का जिहड़ा लिंक है असीं थोड़े सामने लिया, एक तो इहदी मां सी, इन्हां ने यह मारिया। गैंगस्टर जिहड़े मेरे नाल दे बंदयां नूं धमकियां दिंदे आ, साहब बिक्रम सिंह मजीठिया साहब ने आप कहा, और लास्ट दी एक लाइन लिखी, मैं पुरजोर मंग करदा हां कि उपरोक्त गैंगस्टरां ते नत्थ पाई जावे, जो कोई भी अणसुखावी घटना ना वापर सके, जेकर ये गैंगस्टर मेरे किसी भी हलका वासी का जानी और माली नुकसान करते हैं तो इसकी पुलिस प्रशासन जिम्मेवार होगा। ये 25-12 SSP दी, 26-11 जी सी DGP साहब न भी दी है, ये जदों ये सारिया दरखास्तां दित्तियां हैं, तो जो घंटे च ही बाहर निकल के हरे प्रेस कॉन्फ्रेंस करी जाने हैं, तो जिन्होंने जांच दी उन्हें जिहड़ा सीगा क्लीन चिट दी भी ये कुछ नहीं ये चाहेगा। हुण तुहानूं अगली गल दस दिंदे, एक दो मिनट दे दिओ, क्योंकि इन्होंने सारा आ जग्गू भगवानपुरिया की आपकी मेल हैगी है, आप जी सॉरी फेसबुक है, 29-12 वह आपकी पोस्ट पाँदा है, चंगी भली सोने की उही मोटी चैन तो उही सैल्फी खिंच के पाँदा है, तो लिखता की है, ना हारना जरूरी है ना जीतना जरूरी है, जीवन एक खेल है खेलना जरूरी है। एक उदू बाद आ जाओ 3 दिन पहला लिखता है, हार की परवाह नहीं, परवाह करता तो मैं जीतना छोड़ देता, चलो होर कई कुछ लिखे, ये भी उतों की फोटो है, क्योंकि यह स्पष्ट होंगे कि यह जेल दियां फोटो ने। उदू बाद जन जिहड़ा 31 दिसंबर 30 दिसंबर यह मतलब नवे साल ली सारे कट्ठे होकर जेल च फोटो है, लिखते कि रूठा हुआ मुझसे इस बात पे जमाना के शामिल नहीं, फितरत
मैं मेरी सर जु सिर झुकाना नहीं यह जिया लिखते हैं चलो ये भी छड़ दो उदू बाद हाले तक 10 घंटे पहला दी है अज जो तो दोपहरे कढ़ी है तो 10 घंटे पहला दी है हैप्पी जिस दिन नवा साल हुंदा है 1 तरीक की है कल दी है तो हैप्पी न्यू ईयर जी सारयां नूं मतलब ये भी अपडेट हुंदी है तुसीं अंदाजा लाओ कि डी जी पी साहब सारी पुलिस प्रशासन अखां मुंद के बैठा होया ये मेरी एक बेनती है पहला मेरी पूरी गल होलन दिओ मैं कोई असीं किसे दे खिलाफ नहीं है पहली गल तां एक बेनती करदे आं पर जे थोड़े 4 SSP मौजूदा ये गल कोड कर रहे हैं कि जग्गू भगवानपुरी इहदा जिहड़ा गैंग है वह दिन रात वध रहा है और वह बंदे कह गए कि आ वेख लो थोड़े सामने है कि जिहड़े बंदे मार दिते जांदे आ ते पुलिस कोई इंक्वायरी करन नहीं तैयार ठीक है ब्रांड साहब मैनूं एक सवाल दा जवाब दे दो मैं फिर ब्रेक लैनी है ਇਹ ਤੁਸੀਂ ਆਈਡੀਸ ਕਨਫਰਮ ਕਰਵਾ ਲਈਆਂ ਕਿ ਆਈਡੀਸ ਓਰੀਜਨਲ ਦੇਖੋ ਜੀ ਸਾਡੇ ਕੋਲੇ ਕਿਹੜਾ ਥਰਮਾਮੀਟਰ ਹੈ ਸਾਡੇ ਕੋਲੇ ਤਾਂ ਇਹ ਹੈ ਕਿ ਆਹ ਦੇਖੋ ਹੁਣ 47 ਰੱਖੀ ਹੈ ਹੈਪੀ ਨਿਊ ਈਅਰ ਰੱਖਿਆ ਨਾਲ ਉਹ ਰੱਖਿਆ 2020 ਰੱਖਿਆ ਇਹ ਤਾਂ ਹੁਣ ਪੁਲਿਸ ਕਾਰਵਾਈ ਕਰੇ ਨਾ ਤੁਸੀਂ ਡੀਜੀਪੀ ਨੂੰ ਲਿਖ ਕੇ ਦਿੱਤਾ 100% ਮੈਂ ਕਹਿੰਦਾ 26/11 ਨੂੰ ਦਿੱਤਾ ਆਪ ਜਾ ਕੇ 10 ਐਮਐਲਏ ਨੇ ਠੀਕ ਹੈ ਔਰ 24/12 ਨੂੰ ਐਸਐਸਪੀ ਨੂੰ ਖੁਦ ਮਜੀਠੀਆ ਸਾਹਿਬ ਨੇ ਦਿੱਤਾ ਮੈਂ ਤੁਹਾਨੂੰ ਕਾਪੀ ਦੇ ਸਕਦਾ ਠੀਕ ਹੈ ਇੱਕ ਹੋਰ ਛੋਟਾ ਇੱਕ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਜਿਹੜੇ ਮਰਡਰ ਦੀ ਗੱਲ ਹੋ ਰਹੀ ਹੈ ਪੰਡੋਰੀ ਵਡਾਇਚ ਵਾਲੇ ਦੀ ਇਸ ਮਰਡਰ ਤੋਂ ਬਾਅਦ ਸਵਾਲ ਇਹ ਉੱਠਦਾ ਕਿ ਉਹ ਪੁਲਿਸ ਦਾ ਵਾਂਟਡ ਹੈਗਾ ਤੇ ਉਸ ਦੇ ਬਾਵਜੂਦ ਇਹ ਕਾਰਵਾਈ ਨਹੀਂ ਹੁੰਦੀ ਤੇ ਸਵਾਲ ਪੁਲਿਸ ਤੇ ਉੱਠਦੇ ਹੈਗੇ ਆ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਸਾਬਕਾ ਐਸਐਸਪੀ ਕੁਲਚਿੰਦਰ ਸਿੰਘ ਸਾਡੇ ਨਾਲ ਮੌਜੂਦ ਹੈਗੇ ਆ ਉਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਗੈਂਗਸਟਰਾਂ ਤੇ ਪੁਲਿਸ ਨੱਥ ਨਹੀਂ ਪਾ ਰਹੀ ਜਾਂ ਸਿਆਸਤ ਨੱਥ ਪਾਉਣ ਨਹੀਂ ਦੇ ਰਹੀ ਬ੍ਰੇਕ ਤੋਂ ਵਾਪਸ ਆ ਰਹੇ ਆ ਸਵਾਲ ਕਿਉਂ ਪੁੱਛ ਰਹੇ ਪੰਜਾਬ ਵਿੱਚ ਸਿਆਸੀ ਆਗੂਆਂ ਦੇ ਕਤਲ ਲਈ ਕਿਹੜਾ ਨੈਕਸਸ ਸਾਜ਼ਿਸ਼ ਘੜ ਰਿਹਾ ਕੁਲਚਿੰਦਰ ਸਿੰਘ ਜੀ ਇਹ ਹਰਮਨ ਦਾ ਜ਼ਿਕਰ ਹੋ ਰਿਹਾ ਜਿਸ ਹਰਮਨ ਦਾ ਪਵਿੱਤਰ ਗੈਂਗ ਦਾ ਜ਼ਿਕਰ ਹੋਇਆ ਜੱਗੂ ਭਗਵਾਨਪੁਰ ਦਾ ਜ਼ਿਕਰ ਹੋ ਰਿਹਾ ਜੇਲ੍ਹ ਵਿੱਚੋਂ ਇੱਕ ਨੈਕਸਸ ਚੱਲ ਰਿਹਾ ਹਰਮਨ ਆ ਜਿਹੜਾ ਉਹ ਪੁਲਿਸ ਦਾ ਵਾਂਟਡ ਹੈਗਾ ਇਹ ਹਰਮਨ 'ਤੇ ਸ਼ੱਕ ਜਤਾ ਰਿਹਾ ਅਤੇ ਹਰਮਨ 'ਤੇ ਹੀ ਮਾਮਲਾ ਦਰਜ ਕੀਤਾ ਗਿਆ ਉੱਥੇ ਇਹਦੇ ਵਿੱਚ ਪੁਲਿਸ ਕੰਟਰੋਲ ਨਹੀਂ ਕਰ ਪਾ ਰਹੀ ਗੈਂਗਸਟਰਾਂ ਨੂੰ ਜਾਂ ਸਿਆਸਤ ਕੰਟਰੋਲ ਨਹੀਂ ਕਰਨ ਦੇ ਰਹੀ ਦੇਖੋ ਜੇਲ੍ਹ ਵਿੱਚ ਜਿਹੜੇ ਲਾ ਹੈਗਾ ਉਹ ਇਹ ਤਾਂ ਉੱਥੇ ਮੋਬਾਈਲ ਫੋਨ ਵੀ ਜਾਂਦੇ ਆ ਸਾਰਾ ਕੁਝ ਜਾਂਦਾ ਕਿ ਉਹਦਾ ਵੱਡਾ ਕਾਰਨ ਇਹ ਆ ਵੀ ਜੇ ਕਿਸੇ ਕੋਲ ਮੋਬਾਈਲ ਫੋਨ ਜੇਲ੍ਹ 'ਚੋਂ ਫੜਿਆ ਜਾਂਦਾ ਤਾਂ ਉਹਨੂੰ 50 ਰੁਪਏ ਜੁਰਮਾਨਾ ਹੁੰਦਾ ਜਾਂ 6 ਮਹੀਨੇ ਸਜ਼ਾ ਹੁੰਦੀ ਹੈ ਜਿਹੜੇ ਏਡੇ ਏਡੇ ਗੈਂਗਸਟਰ ਉੱਥੇ ਬੈਠੇ ਆ ਉਹ 50 ਰੁਪਏ ਜੁਰਮਾਨੇ ਨੂੰ ਤਾਂ 6 ਮਹੀਨੇ ਸਜ਼ਾ ਨੂੰ ਕੀ ਸਮਝਦੇ ਆ ਇਸ ਕਰਕੇ ਇੱਕ ਤਾਂ ਸਾਨੂੰ ਕੋਈ ਇਹਦੇ ਦਾ ਸਖਤ ਨਹੀਂ ਜਿਨ੍ਹਾਂ ਦੇ ਥਰੂ ਉਹ ਮੋਬਾਈਲ ਜਾਂਦੇ ਆ ਉਹਨਾਂ 'ਤੇ ਕੋਈ ਜੁਰਮਾਨਾ ਨਹੀਂ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਜਿਹੜਾ ਫੜਿਆ ਜਾਊਗਾ ਉਹਦੇ 'ਤੇ ਜੁਰਮਾਨਾ ਹੋਣਾ ਨਹੀਂ ਮੈਂ ਹੁਣ ਤੱਕ ਕੁਲਚਿੰਦਰ ਸਿੰਘ ਜੀ ਸਾਡੇ ਕੋਲ ਰੋਜ਼ ਰਿਪੋਰਟਾਂ ਆਉਂਦੀਆਂ ਫਰੀਦਕੋਟ ਜੇਲ੍ਹ 'ਚੋਂ 5 ਮੋਬਾਈਲ ਫੜੇ ਗਏ ਫਿਰੋਜ਼ਪੁਰ ਦੀ ਕਹਿੰਦੇ ਫੜੇ ਗਏ ਉੱਥੇ ਜੇ ਤੋਂ ਫੜੇ ਜਾਊਗੇ ਉਹ ਉਹਦੇ ਵਿਭਾਗੀ ਕਾਰਵਾਈ ਕੀ ਹੁੰਦੀ ਆ ਇਹਨਾਂ 'ਤੇ ਤਾਂ 50 ਰੁਪਏ ਜੁਰਮਾਨਾ ਲਾਤਾ ਜਾਂ 6 ਮਹੀਨੇ ਦੀ ਸਜ਼ਾ ਸਜ਼ਾ ਬਸ ਹਾਂ ਤੇ ਪੁਲਿਸ ਵਾਲਿਆਂ 'ਤੇ ਕੀ ਆ ਜਾਂ ਜਿੱਥੇ ਗਾਰਡ ਲੱਗੀ ਉਹਨਾਂ 'ਤੇ ਕੀ ਕਾਰਵਾਈ ਆ ਜਾਂ ਜੇਲ੍ਹ ਸੁਪਰਡੈਂਟ 'ਤੇ ਕੀ ਕਾਰਵਾਈ ਦੇਖੋ ਜਿਹੜੀ ਜ਼ਿਲ੍ਹੇ ਇਨਕੁਆਇਰੀ ਹੋਊਗੀ ਜਿਹੜਾ ਦੋਸ਼ੀ ਪਾਇਆ ਜਾਊਗਾ ਉਹ ਤੇ ਡਿਸਪਲਿਨਰੀ ਐਕਸ਼ਨ ਲਿਆ ਜਾਊਗਾ ਹੋਰ ਕੀ ਜੱਗੂ ਭਗਵਾਨਪੁਰੀਆ ਜਿਹੜੀ ਜੇਲ੍ਹ ਦੇ ਵਿੱਚ ਹੈਗਾ ਕਿ ਉਸ ਦੇ ਜੇਲ੍ਹ ਸੁਪਰਡੈਂਟ 'ਤੇ ਕਾਰਵਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਜਿਹੜੀਆਂ ਪੋਸਟਾਂ ਦਿਖਾ ਰਿਹਾ ਜੇ ਪੋਸਟਾਂ ਵਾਕਈ ਉਹਨਾਂ ਦੀ ਆਈਡੀਜ਼ ਤੋਂ ਆ ਰਹੀਆਂ ਜੇਲ੍ਹ ਸੁਪਰਡੈਂਟ 'ਤੇ ਹਰ ਗੱਲ ਦੀ ਤਾਂ ਨਹੀਂ ਹੋਣੀ ਚਾਹੀਦੀ ਜਿਹੜਾ ਦੋਸ਼ੀ ਪਾਇਆ ਜਾਊਗਾ ਉੱਥੇ ਹੋਊਗੀ ਨਾ ਜਿਹੜਾ ਜਿਹਦੇ ਥਰੂ ਫੋਨ ਗਿਆ ਜਾਂ ਜਿਹਦੀ ਡਿਊਟੀ 'ਚ ਫੋਨ ਗਿਆ ਹੁਣ ਜੇਲ੍ਹ ਸੁਪਰਡੈਂਟ ਕਿਹੜਾ ਹਰ ਵੇਲੇ ਫਿਰ ਤਾਂ ਜੇਲ੍ਹ ਮੰਤਰੀ 'ਤੇ ਵੀ ਨਹੀਂ ਹੋਣੀ ਚਾਹੀਦੀ ਫਿਰ ਜੇ ਜੇਲ੍ਹ ਸੁਪਰਡੈਂਟ 'ਤੇ ਨਹੀਂ ਹੋਣੀ ਜੀ ਫਿਰ ਜੇਲ੍ਹ ਮੰਤਰੀ 'ਤੇ ਵੀ ਨਹੀਂ ਹੋਣੀ ਚਾਹੀਦੀ ਫਿਰ ਜੇਲ੍ਹ ਮੰਤਰੀ ਤੇ ਇਲਜ਼ਾਮ ਨਹੀਂ ਲੱਗਣੇ ਚਾਹੀਦੇ ਉਹ ਤਾਂ ਇੰਸਟਰਕਸ਼ਨ ਦੇ ਸਕਦਾ ਨਾ ਜੇਲ੍ਹ ਮੰਤਰੀ ਇੰਸਟਰਕਸ਼ਨ ਦੇ ਸਕਦਾ ਨਾ ਕਿ ਉਹ ਜਾ ਕੇ ਆਪ ਫੜੇ ਫੜੂਗਾ ਜਾ ਕੇ ਤਾਂ ਫੋਨ ਹੁੰਦੇ ਇਹ 'ਚ ਨਾਕਾਮੀ ਕਹਿੰਦੀ ਹੈ ਪੁਲਿਸ ਦੀ ਨਾਕਾਮੀ ਹੈ ਸਿਆਸਤ ਦੀ ਨਾਕਾਮੀ ਹੈ ਨਾਕਾਮੀ ਹੈ ਕਾਨੂੰਨ ਦੀ ਨਾਕਾਮੀ ਹੈ ਕਾਨੂੰਨ ਦੀ ਨਾਕਾਮੀ ਹਾਂ ਕਾਨੂੰਨ ਦੀ ਨਾਕਾਮੀ ਮੈਂ ਆ ਰਿਹਾ ਚੰਜੀ ਬਰਾੜ ਆ ਰਿਹਾ ਇਹ ਇੱਕ ਸੈਕਿੰਡ ਇੱਕ ਲਾਈਨ ਲੈ ਲਓ ਤੁਸੀਂ 2-3 ਵਾਰੀ ਸਵਾਲ ਕੀਤਾ ਸੀ ਕਿ ਤੁਹਾਡਾ ਸਵਾਲ ਸੀ ਕਿ ਆਈਡੀ ਚੈੱਕ ਕਰਾ ਲਈ ਹੈ ਹਾਂ ਆਈਡੀ ਚੈੱਕ ਕਰਾ ਲਈ ਹੈ ਜਾਂ ਨਹੀਂ ਕਰਾ ਲਈ ਇਹ ਪੁਲਿਸ ਦਾ ਕੰਮ ਹੈ ਪਰ ਤੁਸੀਂ ਅੰਦਾਜ਼ਾ ਲਾਓ ਨਾ ਕਿ ਹਰ ਰੋਜ਼ ਉਹਦੀਆਂ ਫੋਟੋਆਂ ਬਾਹਰ ਆ ਗਈਆਂ ਜੇ ਮੰਨ ਲਓ ਆਪ ਅਪਲੋਡ ਕਰਦਾ ਜਾਂ ਉਹਦਾ ਬੰਦਾ ਕਰਦਾ ਦੋਨੋਂ 'ਚੋਂ ਇੱਕ ਗੱਲ ਨਹੀਂ ਹੋ ਸਕਦੀ ਨਾ ਫੋਟੋ ਦੀ ਹਰ ਰੋਜ਼ ਲੈ ਰਹੀ ਹੈ ਜਿਹੜੇ ਕੱਪੜੇ ਪਾਏ ਹੁੰਦੇ ਆ ਦੂਜੇ ਤੀਜੇ ਉਹ ਬੰਦੇ ਤਸਦੀਕ ਕਰਦੇ ਆ ਵੀ ਹਾਂ ਅੱਜ ਵਾਕਈ ਇਹਨਾਂ ਕੱਪੜਿਆਂ ਸੀ ਜਾਂ ਇਹਨਾਂ ਗੱਲਾਂ ਸੀ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਇਹਦਾ ਇੱਕ ਛੋਟਾ ਕਾਊਂਟਰ ਦੇਖੋ ਜੀ ਬਰਾੜ ਸਾਹਿਬ ਨੇ 2 ਸਾਨੂੰ ਦਿੱਤੀਆਂ ਪੋਸਟਾਂ ਦੇ ਬਾਰੇ ਕਿਹਾ ਆ ਫੇਸਬੁੱਕ 'ਤੇ ਇੱਕ ਹੈਗਾ ਭਗਵਾਨਪੁਰੀਆ ਜੱਗੂ ਜਿਹੜਾ ਉਹਦਾ ਪਰਸਨਲ ਅਕਾਊਂਟ ਹੋ ਸਕਦਾ ਅਤੇ ਇੱਕ ਹੈਗਾ ਆ ਗਰੁੱਪ ਜੱਗੂ ਭਗਵਾਨਪੁਰੀਆ ਗਰੁੱਪ ਸੋ ਇਹ ਦੋਨੋਂ ਕੋਈ ਵੀ ਕਿਤੇ ਵੀ ਬੈਠ ਕੇ ਹਿੰਦੁਸਤਾਨ ਛੱਡੋ ਵਰਲਡ 'ਚ ਕੋਈ ਵੀ ਕਿੱਥੇ ਵੀ ਬੈਠ ਕੇ ਓਪਰੇਟ ਕਰ ਸਕਦਾ ਹੈ ਰਹੀ ਗੱਲ ਇਸ ਫੋਟੋ ਦੀ ਮੈਂ ਬਿਲਕੁਲ ਸਵਾਲ ਇਹ ਹੈਗਾ ਜਿਹੜੀ ਇੱਕ ਮਿੰਟ ਸਵਾਲ ਸੁਣ ਲਓ ਮੰਗਰ ਸਾਹਿਬ ਸਵਾਲ ਇਹ ਹੈਗਾ ਅਕਾਲੀ ਦਲ ਜਿਹੜਾ ਸਵਾਲ ਚੁੱਕ ਰਿਹਾ ਕਿ ਜਿਹੜੀਆਂ ਫੋਟੋਸ ਹੈ ਉਹ ਤਾਂ ਬਾਹਰ ਜਾ ਰਹੀਆਂ ਨਾ ਜੇ ਬਾਹਰੋਂ ਵੀ ਆਪਰੇਟ ਹੋ ਰਿਹਾ ਅਸੀਂ ਮੰਨ ਲਈ ਫੋਟੋਸ ਤਾਂ ਬਾਹਰ ਜਾ ਰਹੀਆਂ ਨਾ ਫੋਟੋ ਸਾਡੀ ਇਨਫੋਰਮੇਸ਼ਨ ਦੇ ਮੁਤਾਬਕ ਅੰਦਰੋਂ ਹੀ ਹੋ ਰਿਹਾ ਅੰਦਰੋਂ ਹੋ ਰਿਹਾ ਕੋਈ ਮੋਬਾਈਲ ਲਾਇਕ ਨਹੀਂ ਹੈ ਹਾਂ ਬੋਲੋ ਬੋਲੋ ਮੋਬਾਈਲ ਦਾ ਅਸੀਂ ਪਿਛਲੇ ਵਾਰੀ ਵੀਡੀਓ ਦਿਖਾਈ ਸੀ ਜਿਹਨੂੰ ਉਹ ਥ੍ਰੈਟ ਦੇ ਰਿਹਾ ਸੀ ਉਹ ਕਹਿੰਦਾ ਤੂੰ ਜੱਗੂ ਨਹੀਂ ਬੋਲਦਾ ਉਹ ਕਹਿੰਦਾ ਘੱਟ ਗਾਲ ਕੱਢ ਕੇ ਕਹਿੰਦਾ ਤੇ ਨਾਲ ਦੀ ਨਾਲ ਉਹ ਲਾਈਵ ਹੋ ਗਿਆ ਕਹਿੰਦਾ ਚੱਕ ਵੀਡੀਓ ਹਾਂ ਮੰਗੜ ਸਾਹਿਬ ਮਤਲਬ ਇਸ ਗੱਲ ਤੇ ਇਹਨਾਂ ਗੱਲਾਂ 'ਚ ਨਾ ਪਾਓ ਆਪਾਂ ਔਰ ਨਾ ਹੀ ਸਿਆਸੀ ਹੈ ਮੰਗੜ ਸਾਹਿਬ ਮੈਂ ਕਹਿੰਦਾ ਇਹ ਅੱਗ ਲੱਗੀ ਤੂੰ ਪਤਾ ਨਹੀਂ ਕਿਹਦੇ ਘਰ ਨੂੰ ਪੈਣੀ ਹੈ ਮੰਗੜ ਸਾਹਿਬ ਦੇਖੋ ਪਹਿਲੀ ਗੱਲ ਤਾਂ
ਜਦੋਂ ਮੈਨੂੰ ਇਸ ਡਿਬੇਟ 'ਤੇ ਸੱਦਿਆ ਵੀ ਗਿਆ ਸੀ ਉਦੋਂ ਵੀ ਮੈਂ ਇਹ ਕਿਹਾ ਸੀਗਾ ਵੀ ਇਹਨੂੰ ਪੋਲੀਟੀਕਲ ਡਿਬੇਟ ਨਾ ਬਣਾ ਕੇ, ਇਹ ਇੱਕ ਬੜਾ ਵੱਡਾ ਇਸ਼ੂ ਹੈ ਸਾਡੀ ਆਉਣ ਵਾਲੀ ਜਨਰੇਸ਼ਨ ਲਈ। ਕੋਈ ਵੀ ਸੁਸਾਇਟੀ ਜਿਹਦੇ ਵਿੱਚ ਇਹੋ ਜਿਹੇ ਐਂਟੀ ਸੋਸ਼ਲ ਐਲੀਮੈਂਟਸ ਦੀ ਜ਼ਿਆਦਾ ਐਕਸੈਪਟੈਂਸ ਹੋ ਜਾਏ ਉਹ ਸੁਸਾਇਟੀ ਨੂੰ ਥ੍ਰੈਟ ਹੈ। ਮੈਂ ਕਿਸੇ ਦੀ ਤਰਬਦਾਰੀ ਨਹੀਂ ਕਰ ਰਿਹਾ, ਮੈਂ ਸਿਰਫ ਇੱਕ ਪੁਆਇੰਟ ਗੱਲ ਕਹਿ ਰਿਹਾ। ਨੋ ਡਾਊਟ ਜਿਹੜਾ ਇਹ ਜੇ ਗੈਂਗਸਟਰਸ ਹੈਗੇ ਆ, ਸਾਡੀ ਸਰਕਾਰ ਜਦੋਂ ਦੀ ਬਣੀ ਹੈ ਬੜੇ ਗੈਂਗਸਟਰਸ ਦੇ ਉੱਤੇ ਨੱਥ ਪਾ ਲਈ ਗਈ ਹੈ, ਪਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ। ਨੋਟ ਓਨਲੀ ਦੈਟ, ਔਨ ਰਿਕਾਰਡ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ, ਜੇਲ੍ਹ ਦੇ ਵਿੱਚ ਕਾਫੀ ਚੇਂਜਸ ਲਿਆਂਦੇ ਜਾ ਰਹੇ ਆ, ਜਿੱਥੇ ਨਵੇਂ ਗੈਜਟਸ ਲਈ ਟੈਂਡਰ ਵੀ ਮੰਗਾਏ ਗਏ ਆ ਤਾਂ ਕਿ ਉੱਥੋਂ ਜੈਮਰਸ ਇੰਨੇ ਇਫੈਕਟਿਵ ਹੋਣ। ਠੀਕ ਹੈ ਮਾਗਰ ਸਾਹਿਬ, ਠੀਕ ਹੈ ਮਾਗਰ ਸਾਹਿਬ, ਠੀਕ ਹੈ ਛਿਪੜ ਸਾਹਿਬ, ਸਵਾਲ ਇਹ ਹੈਗਾ ਜੇਲ੍ਹ ਮੰਤਰੀ ਟਾਰਗੇਟ ਤੇ ਆ, ਗ੍ਰਹਿ ਮੰਤਰੀ ਟਾਰਗੇਟ ਤੇ ਹੋਣਾ ਚਾਹੀਦਾ ਹੈ। ਕੇਪੀ ਜੀ, ਪਹਿਲੀ ਗੱਲ ਤਾਂ ਸਾਬਕਾ ਜਿਹੜੇ ਪੁਲਿਸ ਦੇ ਅਧਿਕਾਰੀ ਆ ਕੁਲਛਿੰਦਰ ਜੀ, ਇਹਨਾਂ ਨੇ ਬੜੀ ਇਮਾਨਦਾਰੀ ਨਾਲ ਇਹ ਗੱਲ ਮੰਨੀ ਆ ਵੀ ਇਹਦੇ ਵਿੱਚ ਜਿਹੜੀ ਪੁਲਿਸ ਦੀ ਨਾਕਾਮੀ ਆ ਅਤੇ ਕਾਨੂੰਨ ਜ਼ਿੰਮੇਵਾਰ ਆ। ਅਤੇ ਵਾਰ ਵਾਰ ਜਿਹੜੀ ਕਿ ਦੋਸ਼ ਲੱਗਦੇ ਆ ਰਹੇ ਆ ਇੱਕ ਦੂਜੇ ਦੀ ਪਾਰਟੀ ਪਰ ਵੀ ਉਹਨਾਂ ਦੀ ਸਰਕਾਰ ਕੀ ਕਰਦੀ ਆ, ਉਹ ਸਰਕਾਰ ਕੀ ਆ, ਇਹ ਪਿਛਲੇ ਲੰਬੇ ਸਮੇਂ 'ਤੇ ਜਿਹੜੀ ਬਲੇਮਬਾਜ਼ੀ ਇੱਕ ਦੂਜੇ ਪਰ ਦੋਸ਼ ਲੱਗੀ ਜਾ ਰਿਹਾ ਵੀ ਉਹ ਕਰ ਰਿਹਾ ਉਹ ਕਰ ਰਿਹਾ, ਇਹ ਬਹੁਤ ਗਲਤ ਆ। ਜਿਵੇਂ ਕਿ ਬਰਾੜ ਸਾਹਿਬ ਉਹਨਾਂ ਨੇ ਕਿਹਾ ਵੀ ਚਾਰ SSPs ਨੇ ਇੱਕ ਰਿਪੋਰਟ ਦਿੱਤੀ ਆ ਵੀ ਇਹ ਜਿਹੜਾ ਗੈਂਗਸਟਰ ਆ ਇਹ ਸਰਗਰਮ ਆ, ਕਿਆ ਉਹ ਚਾਰ SSPs ਦੀ ਜ਼ਿੰਮੇਵਾਰੀ ਨਹੀਂ ਤੀ ਬਣਦੀ ਵੀ ਉਹਨਾਂ ਨੂੰ ਰੋਕਿਆ ਜਾਵੇ, ਉਹਨਾਂ ਪਰ ਘਟਨਾਵਾਂ ਜਿਹੜੇ ਅੱਗੇ ਵੱਧਦੇ ਆ ਉਹਨਾਂ 'ਤੇ ਕੋਈ ਕਾਰਵਾਈ ਕੀਤੀ ਜਾਵੇ, ਇੱਕ ਰਿਪੋਰਟ ਦੇਣ ਤੱਕ ਸੀਮਤ ਆ। ਤੁਹਾਡੇ ਯਾਦ ਹੋਵਾਂਗੇ ਜਦੋਂ ਸਾਬਕਾ DGP ਆ ਜਿਹੜੇ ਸੁਰੇਸ਼ ਅਰੋੜਾ ਜੀ, ਉਹ ਵਾਰ ਵਾਰ ਪ੍ਰੈਸ ਕਾਨਫਰੰਸਾਂ 'ਚ ਵੀ ਕਹਿੰਦੇ ਰਹੇ, ਲਿਖਤੀ ਤੌਰ 'ਤੇ ਪ੍ਰੈਸ ਨੋਟ ਵੀ ਇਹਨਾਂ ਦਾ ਜਾਰੀ ਹੁੰਦਾ ਰਿਹਾ ਵੀ ਪੰਜਾਬ ਦੇ ਵਿੱਚ ਜਿਹੜੇ 45 ਗੈਂਗਸਟਰ ਆ ਉਹ ਪੂਰੀ ਤਰ੍ਹਾਂ ਸਰਗਰਮ ਨੇ, ਜਿਹੜੇ ਵੱਡੇ ਨੇ, ਹਾਲਾਂਕਿ ਹੋਰ ਰਿਪੋਰਟਾਂ ਦਿੰਦੇ ਆ। ਇਹਦਾ ਮਤਲਬ ਪਿਛਲੇ ਲੰਬੇ ਸਮੇਂ 'ਤੇ ਜਿਹੜੀ ਗੈਂਗਸਟਰ ਆ ਉਹ ਪੰਜਾਬ ਦੇ ਵਿੱਚ ਸਰਗਰਮ ਹੋ ਰਹੇ ਨੇ। ਦੂਜੀ ਗੱਲ, ਜਿੱਥੇ ਤੱਕ ਜਿਹੜਾ ਤੁਹਾਡਾ ਸਵਾਲ ਆ ਵੀ ਹੋਮ ਨੂੰ ਪੁੱਛਣਾ ਚਾਹੀਦਾ ਹੈ ਕਿ ਜੇਲ੍ਹ ਮੰਤਰੀ ਨੂੰ ਪੁੱਛਣਾ ਚਾਹੀਦਾ, ਦੇਖੋ ਜੇ ਤੁਸੀਂ ਓਵਰਆਲ ਕਾਨੂੰਨ ਲਾਅ ਐਂਡ ਆਰਡਰ ਦੀ ਗੱਲ ਦੇਖੀਏ ਤਾਂ ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਜਿਹੜੀ ਮੁੱਖ ਮੰਤਰੀ ਅਤੇ ਜਿਹੜਾ ਗ੍ਰਹਿ ਵਿਭਾਗ ਦਾ ਮੁਖੀ ਆ, ਹੋਮ ਦਾ ਮੁਖੀ ਆ, ਉਹਦੀ ਜ਼ਿੰਮੇਵਾਰੀ ਬਣਦੀ ਆ। ਹੁਣ ਇਹ ਜਿਹੜਾ ਗੈਂਗਸਟਰ ਆ ਜਾਂ ਕੋਈ ਦੋਸ਼ੀ ਆ ਉਹ ਉਹਦਾ ਨਾਂ ਜੋੜ ਕੇ ਜਿਵੇਂ ਕਿ ਸਹਿਕਾਰਤਾ ਮੰਤਰੀ ਨਾਲ ਨਾਮ ਉਹਨਾਂ ਦਾ ਜੋੜਿਆ ਜਾ ਰਿਹਾ ਵਿਕਰਮ ਮਜੀਠੀਆ ਜੀ ਹੋਰਾਂ ਵੱਲੋਂ, ਇਹ ਪਿਛਲੇ ਕਾਫੀ ਦਿਨਾਂ ਤੋਂ ਇਹਨਾਂ ਦਾ ਜਿਹੜਾ ਵਿਵਾਦ ਆ ਉਹ ਭਖਿਆ ਪਿਆ, ਚਾਹੇ ਜੱਗੂ ਭਗਵਾਨ ਵਾਲਾ ਮਾਮਲਾ ਹੋਵੇ ਜਾਂ ਹੋਰ ਹੋਵੇ। ਅਤੇ ਜਦੋਂ ਸ਼ਿਮਰ ਸਾਹਿਬ ਉਹ ਪ੍ਰੂਫ ਦੇ ਰਿਹਾ ਕਿ ਜੱਗੂ ਭਗਵਾਨਪੁਰੀਆ ਦਾ ਹੀ ਅਗਲਾ ਗਰੁੱਪ ਆ ਜਿਹੜਾ ਪਵਿੱਤਰ ਗੈਂਗ ਚਲਾਇਆ ਗਿਆ, ਉਸ 'ਤੇ ਸਿੱਧੀ ਸਿੱਧੀ ਉਂਗਲ ਚੁੱਕੀ ਜਾ ਰਹੀ ਹੈ, ਅਤੇ ਇਹ ਸਬੂਤਾਂ ਦੇ ਆਧਾਰ 'ਤੇ ਇਹ ਲੜਾਈ ਹੈ ਜਿਹੜੀ ਉਹ ਸਿਰਫ ਸਿਆਸੀ ਇਲਜ਼ਾਮ ਤਰਾਸ਼ੀਆਂ ਤੱਕ ਹੀ ਸੀਮਤ ਰੱਖੀ ਜਾਵੇ ਜਾਂ ਇਸ ਤੋਂ ਅੱਗੇ ਕੁਛ ਹੋਰ ਹੈ ਜਾਂ ਇਹਦੇ ਪਿੱਛੇ ਕੁਛ ਹੋਰ ਹੈ? ਕੇ ਪੀ ਜੀ ਦੇਖੋ, ਇਸ ਮਾਮਲੇ ਦੀ ਤਹਿ ਤੱਕ ਜਾਣ ਦੀ ਜ਼ਰੂਰਤ ਆ, ਚਾਹੇ ਉਹਦੇ ਵਿੱਚ ਸੁਖਜਿੰਦਰ ਰੰਧਾਵਾ ਜੀ ਆ ਚਾਹੇ ਕੋਈ ਹੋਰ ਆ, ਜਿਹੜੇ ਵੀ ਦੋਸ਼ੀ ਪਾਏ ਜਾਂਦੇ ਆ ਉਹ ਜੱਗ ਜਹਾਰਾ ਜਿਹੜੀ ਪੁਲਿਸ ਆ ਉਹਨੂੰ ਕਰਨੀ ਚਾਹੀਦਾ। ਪ੍ਰੋਬਲਮ ਇੱਥੇ ਇਹ ਆ ਰਹੀ ਆ ਵੀ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹ ਜਿਹੜੇ ਸਿਆਸੀ ਲੋਕ ਨੇ, ਵੱਡੇ ਸਿਆਸੀ ਆਗੂ ਨੇ, ਉਹਨਾਂ ਦੇ ਹੱਥ ਕੰਡਾ ਜਿਹੜੇ ਉਹਨਾਂ ਦੇ ਹੱਥ ਕੰਡੇ ਆ ਉਹਨਾਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ। ਜੋ ਸੱਤਾ ਪਰ ਕਾਬਜ਼ ਲੋਕ ਆ ਉਹ ਜੋ ਚਾਹੁੰਦੇ ਨੇ ਪੁਲਿਸ ਪ੍ਰਸ਼ਾਸਨ ਉਹੀ ਕਰਦਾ ਜਾ ਰਿਹਾ, ਜਦਕਿ ਜ਼ਰੂਰਤ ਇਹ ਹੈ ਵੀ ਕਾਨੂੰਨ ਦੇ ਮੁਤਾਬਕ ਜਿਹੜਾ ਕੰਮ ਕੀਤਾ ਜਾਣਾ ਚਾਹੀਦਾ। ਮੈਂ ਇਸ ਸਵਾਲ 'ਤੇ ਰਿਹਾ ਕੁਲਛਿੰਦਰ ਸਿੰਘ ਜੀ, ਇੱਕ ਸਵਾਲ ਤੁਸੀਂ ਬੜੀ ਇਮਾਨਦਾਰ ਨਾਲ ਮੰਨਿਆ ਹੈਗਾ, ਜਿਹੜਾ ਇਹ ਰਿਪੋਰਟ ਵੀ ਦਿਖਾ ਰਹੇ ਆ ਕਿ ਚਾਰ SSPs ਨੇ ਮੰਨਿਆ ਹੈਗਾ। ਸਵਾਲ ਇਹ ਹੈਗਾ ਕਿ ਛਿੱਬੜ ਸਾਹਿਬ ਨੇ ਸਵਾਲ ਚੁੱਕਤਾ ਕਿ ਇਹ ਪਹਿਲੀ ਵਾਰ ਤਾਂ ਹੈ ਨਹੀਂ ਗੈਂਗਸਟਰ ਦਾ ਮਾਮਲਾ ਸਾਹਮਣੇ ਆ ਰਿਹਾ, ਬਹੁਤ ਦੇਰ ਦੇ ਗੈਂਗਸਟਰ ਆ ਜਿਹੜੇ ਪੰਜਾਬ ਦੇ ਵਿੱਚ ਪਣਪ ਰਹੇ ਆ। ਸਵਾਲ ਇਹ ਹੈਗਾ ਜੋ ਹਰਪਾਲ ਸਿੰਘ ਚੀਮਾ ਨੇ ਡਿਮਾਂਡ ਕੀਤੀ ਹੈਗੀ ਹੈ ਕਿ ਗੈਂਗਸਟਰ ਕਿਸ ਨੇ ਪਾਲੇ, ਉਸ ਦੀ ਜਾਂਚ ਕਰਾ ਲਿੱਤੀ ਜਾਵੇ। ਦੇਖੋ ਇਹ ਜਾਂਚ ਤਾਂ ਹੋਈ ਹੈ, ਜਾਂਚ ਪਿੱਛੇ DGP ਸਾਹਿਬ ਨੂੰ ਮਾਰ ਕੀਤੀ ਉਹਨਾਂ ਨੇ ਕਰਾਈ ਸੀ, ਉਸ ਜਾਂਚ ਵਿੱਚ ਤਾਂ ਜੇਲ੍ਹ ਮੰਤਰੀ ਸਾਹਿਬ ਬਰੀ ਹੈ। ਹਾਂ, ਜੋ ਉਹਨਾਂ ਨੇ ਕੱਲ੍ਹ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ DGP ਸਾਹਿਬ ਨੇ, ਉਹਦੇ 'ਚ ਲਿਖਿਆ ਵੀ ਕਿਸੇ ਪੀੜੀ ਕਰਨ ਨਾਲ ਕੋਈ ਨਹੀਂ ਨੈਕਸਸ ਹੈਗਾ ਕਿਸੇ ਦਾ ਵੀ। ਹਾਂ, ਕੱਲ੍ਹ ਦੀ ਹਿੰਦੁਸਤਾਨ ਟਾਈਮ ਦੀ ਤੁਸੀਂ DGP ਸਾਹਿਬ ਦੀ ਇੰਟਰਵਿਊ ਪੜ੍ਹੋ, ਉਹ 'ਚ ਲਿਖਿਆ ਉਹਨਾਂ ਨੇ ਵੀ ਕਿਸੇ ਦਾ ਨਹੀਂ ਆਇਆ, ਮਤਲਬ ਜਾਂਚ ਕੀਤੀ ਹੈ। ਫਿਰ ਸਵਾਲ ਕਿਹਨੂੰ ਕੀਤਾ ਜਾਵੇ? ਨਹੀਂ, ਸਵਾਲ ਪੁੱਛਿਆ ਕਿਹਨੂੰ ਜਾਵੇ? ਤੁਸੀਂ ਦੇਖੋ, ਤੁਸੀਂ ਚਾਰ SSPs ਪੁਲਿਸ ਜਾਂਚ ਕਰਦੀ ਹੈ, ਪੁਲਿਸ ਜਾਂਚ ਕਰਦੀ ਹੈ, ਚਾਰ SSPs ਦਾ ਯਕੀਨ ਕਰ ਰਹੇ ਹਾਂ ਵੀ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਆ ਵੀ ਭਗਵਾਨ ਕੀ ਨਾਮ ਇਹਦਾ, ਜੱਗੂ ਭਗਵਾਨਪੁਰੀ। ਹਾਂਜੀ, ਜੱਗੂ ਭਗਵਾਨਪੁਰੀ ਦਾ ਗੈਂਗ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ, ਫਿਰ DGP ਦਾ ਤੁਸੀਂ ਯਕੀਨ ਨਹੀਂ ਕਰ ਰਹੇ ਵੀ ਉਹ ਕਹਿ ਰਹੇ ਨੈਕਸਸ ਕੇਸ ਹੈ ਨਹੀਂ, ਜੇਲ੍ਹ ਮੰਤਰੀ ਦਾ ਕੋਈ ਇਨਵੋਲਵਮੈਂਟ ਨਹੀਂ ਹੈ, ਉਹ ਤੁਸੀਂ ਯਕੀਨ ਨਹੀਂ ਕਰ ਰਹੇ, ਚਾਰ SSPs ਦਾ ਯਕੀਨ ਕਰ ਰਹੇ ਹਾਂ, ਤੁਸੀਂ ਹਰਕਾ ਪੁਲਿਸ ਅਫਸਰ ਜਾਂ ਯਕੀਨ ਕਰੋ ਜਾਂ ਕਿਸੇ ਵੀ ਨਾ ਕਰੋ। ਬਰਾੜ ਸਾਹਿਬ, ਸਵਾਲ ਇਹ ਹੈਗਾ ਤੁਸੀਂ ਸਾਰਾ ਕੁਝ ਸੁਖੀ ਰੰਧਾਵਾ ਦੇ ਸੰਬੰਧਤ ਹੀ ਕਿਉਂ ਪੇਸ਼ ਕਰ ਰਹੇ ਹੋ? ਨਹੀਂ, ਮੋਰ ਓਵਰ ਇੱਕ ਹੋਰ ਗੱਲ ਹੈ, ਇੱਕ ਸਰਪੰਚ, ਸਾਬਕਾ ਸਰਪੰਚ ਦਾ ਮਰਡਰ ਹੋਇਆ, ਠੀਕ ਹੈ ਨਾ, ਇਹ ਜੱਗੂ ਭਗਵਾਨਪੁਰੀਆ ਜੇ ਹੋਊਗਾ ਉਹਦਾ ਲਿੰਕ ਹੋਊਗਾ, ਦੋ ਬੰਦੇ 22 ਨੇ ਪਰਚਾ ਹੋਇਆ,
ਉਹ ਬੰਦੇ ਫੜੇ ਜਾਣਗੇ, ਇਨਵੈਸਟੀਗੇਸ਼ਨ ਹੋਊਗੀ, ਉਹ ਚ ਆਜੂਗਾ ਜੇ ਉਹਦਾ ਤਾਂ ਹੋਊਗਾ ਤਾਂ। ਤੇ ਉਸ ਤੋਂ ਪਹਿਲਾਂ ਮਰਡਰ ਚ ਨਾਵਾਂ ਪੰਡੋਰੀ ਬਟੈਚ ਵਾਲਾ ਉਦੋਂ ਕਿਉਂ ਨਹੀਂ ਫੜਿਆ ਗਿਆ? ਫਿਰ ਫੜਿਆ ਜੇ ਪੰਡੋਰੀ ਬਟੈਚ ਦਾ ਇੱਕ ਹੋਰ ਹੈ, ਦੋ ਜਿਹੜੇ ਬੈਠਾ ਉਹਨਾਂ ਨੇ ਲਿਖਿਆ। ਨਹੀਂ ਨਹੀਂ, ਹਰਮਨ ਦੀ, ਹਰਮਨ ਦੀ ਗੱਲ ਕਰ ਰਹੇ, ਹਰਮਨ ਦੀ ਗੱਲ ਕਰ ਰਹੇ, ਗੱਲ ਕਰ ਰਹੇ ਹਾਂ। ਦੂਜਾ ਹੈਗਾ ਜੋ ਬਾਈ ਨੇਮ ਆ ਤਾਂ ਵੀ ਉਹ ਹੋਊਗਾ, ਉਹ ਕਹਿੰਦੇ ਤੇ ਨਾਲੇ ਜਿਹੜਾ ਪਿੰਡ ਜੰਜੀਆਂ ਜੰਜੀਆਂ ਮਠੀ ਮਜੀਠਾ ਮੁੰਡੇ ਦੇ ਸੱਤ ਗੋਲੀਆਂ ਵੱਜੀਆਂ ਉਹ ਵੀ ਅਸੀਂ ਮਾਰੀਆਂ। ਮਤਲਬ ਇਹ ਹਰਵਿੰਦਰ ਸਿੰਘ ਸੰਧੂ ਆਪਣਾ ਜਿਹੜਾ ਜਿਹਦੇ ਬਾਰੇ ਐਸ ਐਸ ਪੀ ਬਟਾਲਾ, ਐਸ ਐਸ ਪੀ ਪਟਿਆਲਾ ਸੋਰੀ ਦੂਜਾ ਅੰਮ੍ਰਿਤਸਰ ਰੂਰਲ ਤਰਨ ਤਾਰਨ ਇਹ ਤਿੰਨੇ ਚਾਰੇ ਐਸ ਐਸ ਪੀ ਉੱਥੋਂ ਵਾਲੇ ਕਹਿ ਰਹੇ ਵੀ ਹਾਂ ਇਹਨਾਂ ਦਾ ਅਸੀਂ ਥੋੜੀ ਕਹਿ ਰਹੇ। ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਾ ਟਾਰਗੇਟ ਸੁਖੀ ਰੰਧਾਵਾ ਕਿਉਂ ਹੈ? ਨਹੀਂ, ਮੇਰੀ ਇੱਕ ਬੇਨਤੀ ਹੈ ਨਾ, ਸਵਾਲ ਇਸ ਗੱਲ ਦੀ ਹੈ ਕਿ ਜੇਲ੍ਹ 'ਚ ਫੈਸਿਲੀਟੇਟ ਕੌਣ ਕਰ ਸਕਦਾ? ਹੋਰ ਤਾਂ ਕੋਈ ਨਹੀਂ ਨਾ ਕਰ ਸਕਦਾ ਗਾ। ਜੇ ਜੇਲ੍ਹ ਦੇ ਵਿੱਚ ਉਹ 24 ਘੰਟੇ ਮੋਬਾਈਲ ਵਰਤ ਰਿਹਾ, ਤੁਸੀਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਕਿ ਉਹ ਇੱਕ ਬੰਦੇ ਨੂੰ ਕਹਿੰਦਾ, ਕਹਿੰਦਾ ਤੂੰ ਹਲੇ ਵੀ ਬੋਲਣੋਂ ਨਹੀਂ ਹਟਿਆ ਗਾ ਆਪਦਾ ਭਰਾ ਮਰਵਾ ਕੇ। ਉਹ ਪ੍ਰੈਸ ਕਾਨਫਰੰਸ ਪੇਸ਼ ਹੋਇਆ ਸੀ ਭਰਾ ਕੇ ਉਹ ਜਿਹਦਾ ਭਰਾ ਮਰਿਆ, ਤੇ ਉਹ ਜਦੋਂ ਉਹ ਕਹਿੰਦਾ ਵੀ ਤੂੰ ਜੱਗੂ ਨਹੀਂ ਬੋਲਦਾ, ਉਹਨੇ ਕੀ ਕੀਤਾ, ਕਹਿੰਦਾ ਕੱਟ ਫੋਨ, ਕੱਟ ਕੇ ਫੋਨ ਤੇ ਵੀਡੀਓ ਕਾਲ ਤੇ ਆ ਗਿਆ ਤੇ ਨੰਬਰ ਬਾਹਰ ਦਾ ਸ਼ੋਅ ਰਿਹਾ ਤੇ ਅੱਗੇ ਜੱਗੂ ਭਗਵਾਨਪੁਰੀਆ। ਇਹਦਾ ਮਤਲਬ ਕੈਨੇਡਾ ਅਮਰੀਕਾ ਕਦੋਂ ਜਾ ਵੜਿਆ ਜੱਗੂ ਭਗਵਾਨਪੁਰੀਆ ਫਿਰ ਲਾਈਵ ਖੋਣ ਵਾਸਤੇ? ਇਹ ਲੜਾਈ ਮਜੀਠੀਆ ਬਨਾਮ ਸੁਖੀ ਰੰਧਾਵਾ ਸਾਡੀ ਕਿਸੇ ਨਾਲ ਨਹੀਂ। ਮੇਰੀ ਇੱਕ ਬੇਨਤੀ ਹੈ ਕਿ ਮੁੱਖ ਮੰਤਰੀ ਸਾਹਿਬ ਇਸ ਨੀਂਦ ਚੋਂ ਜਾਗਣ, ਪੰਜਾਬ ਨੂੰ ਅੱਗ ਲਵਾਉਣ ਵਾਲਾ ਕੰਮ ਨਾ ਕਰਨ। ਇੱਕ ਜਿਹੜਾ ਵੀ ਦੋਸ਼ੀ ਹੈ ਜੇ ਸਾਡੇ ਵੇਲੇ ਕੋਈ ਪੇਟਨੇਜ ਕਰਦਾ ਰਹੇ ਤਾਂ ਉਹਨੂੰ ਵੀ ਟੰਗ ਦਿਓ ਫੜ ਕੇ। ਤੁਸੀਂ ਜਾਂਚ ਦੀ ਡਿਮਾਂਡ ਕਰ ਲਓ ਨਾ, ਤੇ ਅਸੀਂ ਤਾਂ ਸੀਬੀਆਈ ਦੀ ਕਹੀ ਜਾਂਦੇ ਆ, ਅਸੀਂ ਕਹਿੰਦੇ ਆ ਸੀਬੀਆਈ ਦੀ ਕਰ ਲਓ, ਹਾਈ ਕੋਰਟ ਦੇ ਜੱਜ ਤੋਂ ਕਰ ਲਓ, ਗੈਂਗਸਟਰਾਂ ਦੇ ਨੈਕਸਸ ਦੀ ਜਾਂਚ। ਮੈਂ ਕਿਹਾ ਅਸੀਂ ਤਾਂ ਲਿਖ ਕੇ ਦਿੱਤਾ ਜਨਾਬ, ਡੀਜੀਪੀ ਨੂੰ ਲਿਖ ਕੇ ਦੇਤਾ, ਐਸਐਸਪੀ ਨੂੰ ਲਿਖ ਕੇ ਦੇਤਾ, ਇਦੋਂ ਬਾਅਦ ਅਸੀਂ ਹਫਤਾ 10 ਦਿਨ ਡੀਕਾਂਗੇ, ਨਹੀਂ ਤਾਂ ਹਾਈ ਕੋਰਟ ਜਾਵਾਂਗੇ, ਅਸੀਂ ਤਾਂ ਇੰਡੀਪੈਂਡੈਂਟ ਇਨਕੁਆਇਰੀ ਮੰਗੀ ਜਾਂਦੇ ਹਾਂ। ਠੀਕ 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 ਹੈ, ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਪੰਜਾਬ ਵਿੱਚ ਗੈਂਗਸਟਰਾਂ ਨਾਲ ਰਾਜਨੀਤੀ ਦਾ ਗੱਠਜੋੜ ਕੀ ਹੈਗਾ, ਇਸ ਦੀ ਕੀ ਜਾਂਚ ਹੋਣੀ ਚਾਹੀਦੀ ਹੈ, ਸਵਾਲ ਵਾਰ ਵਾਰ ਹੁਣ ਘੁੰਮ ਰਿਹਾ ਹੈਗਾ, ਪਰ ਇਸ ਸਵਾਲ 'ਤੇ ਸਿਆਸਤ ਕਿਸ ਤਰੀਕੇ ਨਾਲ ਚੱਲ ਰਹੀ ਹੈਗੀ ਹੈ ਉਸ ਨੂੰ ਸਮਝਣ ਦੀ ਜ਼ਰੂਰਤ ਹੈਗੀ। ਬ੍ਰੇਕ ਤੋਂ ਵਾਪਸ ਆ ਰਹੇ ਹਾਂ, ਛੇਬੜ ਸਾਹਿਬ ਤੋਂ ਸਵਾਲ ਦਾ ਜਵਾਬ ਲਵਾਂਗੇ। ਪੰਜਾਬ ਦੇ ਸਿਆਸੀ ਆਗੂਆਂ ਦੇ ਕਤਲ ਲਈ ਕਿਹੜਾ ਨੈਕਸਸ ਸਾਜ਼ਿਸ਼ ਕੱਢ ਰਿਹਾ? ਜੈਸਨ ਛਿੱਬੜ, ਇੱਕ ਸਵਾਲ ਦਾ ਜਵਾਬ ਬੜਾ ਮਹੱਤਵਪੂਰਨ ਹੈ ਜਿਹੜਾ ਜਵਾਬ ਮੈਨੂੰ ਤੁਹਾਡੇ ਤੋਂ ਚਾਹੀਦਾ ਹੈ। ਬਿਕਰਮ ਸਿੰਘ ਮਜੀਠੀਆ, ਸਾਬਕਾ ਕੈਬਨਿਟ ਮੰਤਰੀ, ਜਦੋਂ ਇਹ ਗੱਲ ਕਹਿਣ ਕਿ ਸੁਖੀ ਰੰਧਾਵਾ ਮੈਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਡਰਦਾ ਨਹੀਂ ਗਾ ਪਰ ਗੈਂਗਸਟਰਾਂ ਤੋਂ ਜਾਨ ਦਾ ਖਤਰਾ ਜ਼ਰੂਰ ਹੈਗਾ, ਇਸ ਦਾ ਮਤਲਬ ਕੀ ਹੈ? ਦੇਖੋ ਕੇ ਪੀ ਜੀ, ਤੁਸੀਂ ਵਾਰ ਵਾਰ ਇੱਕ ਜਿਹੜਾ ਸਵਾਲ ਪੁੱਛਣਾ ਚਾਹੁੰਦੇ ਆ, ਉਸ ਸਵਾਲ ਦਾ ਜਵਾਬ ਇਹ ਆ ਵੀ ਪੰਜਾਬ ਸਰਕਾਰ ਦੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਆ, ਉਹਦੇ ਵਿੱਚ ਨਵਜੋਤ ਸਿੱਧੂ ਅਤੇ ਸੁਖਜਿੰਦਰ ਰੰਧਾਵਾ ਦੋ ਅਜਿਹੇ ਮੰਤਰੀ ਸੀਗੇ ਜਿਹੜੇ ਵਾਰ ਵਾਰ, ਹਜੇ ਹੈ ਸੁਖਜਿੰਦਰ ਰੰਧਾਵਾ ਮੰਤਰੀ, ਮੈਂ ਮੇਰੀ ਗੱਲ ਤਾਂ ਸੁਣ, ਇਹ ਵਾਰ ਵਾਰ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਨੂੰ ਲੈ ਕੇ ਅਤੇ ਡਰੱਗ ਦੇ ਮਾਮਲਿਆਂ ਨੂੰ ਲੈ ਕੇ, ਜਾਂ ਜਿਹੜੀ ਕਿ ਵਾਅਦੇ ਕਰਕੇ ਸਰਕਾਰ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਬਣਾਈ ਆ, ਚਾਹੇ ਡਰੱਗ ਮਾਫੀਆ, ਚਾਹੇ ਰੇਤ ਮਾਫੀਆ, ਚਾਹੇ ਟਰਾਂਸਪੋਰਟ ਮਾਫੀਆ, ਇਹਨੂੰ ਲੈ ਕੇ ਵਾਰ ਵਾਰ ਜਨਤਕ ਤੌਰ 'ਤੇ ਹੀ ਬੋਲਦੇ ਰਹੇ, ਕੈਬਨਿਟ ਦੇ ਅੰਦਰ ਵੀ ਬੋਲਦੇ ਰਹੇ, ਜਿਹੜੀ ਹਾਂ ਕੈਬਨਿਟ ਦੇ ਅੰਦਰ ਵੀ ਬੋਲਦੇ ਰਹੇ। ਠੀਕ ਹੈ, ਹੁਣ ਜਿਹੜੀ ਪਿਛਲੇ 2 ਤਰੀਕ ਨੂੰ ਮੀਟਿੰਗ ਹੋਈ ਸੀਗੀ 2 ਦਸੰਬਰ ਨੂੰ ਕੈਬਨਿਟ ਦੀ, ਉਸ ਮੀਟਿੰਗ ਦੇ ਅੰਦਰ ਸੁਖਜਿੰਦਰ ਰੰਧਾਵੇ ਨੇ ਜੋ ਤਿੱਖੇ ਸਵਾਲ ਕੀਤੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ, ਅਤੇ ਵਾਰ ਵਾਰ ਉਹਦੇ ਅੰਦਰ ਜਾਣੀ ਕਿ ਡਰੱਗ ਦੇ ਮਾਮਲੇ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਗਿਆ। ਠੀਕ ਆ, ਤੁਹਾਡੇ ਯਾਦ ਹੋਣਾ ਹੈ ਪਹਿਲਾਂ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਇੱਕੋ ਇੱਕ ਵਿਅਕਤੀ ਨਿਸ਼ਾਨੇ ਪਰ ਸੀ, ਉਹ ਸੀਗਾ ਨਵਜੋਤ ਸਿੱਧੂ। ਨਵਜੋਤ ਸਿੱਧੂ ਅੱਜ ਪੰਜਾਬ ਦੀ ਜਿਹੜੀ ਕੈਬਨਿਟ ਆ ਉਹਦੇ ਆਊਟ ਹੋ ਗਏ, ਅਤੇ ਇਕੱਲਾ ਹੀ ਠੀਕ ਆ, ਉਹ ਅੱਜ ਆਊਟ ਹੋ ਗਏ, ਅੱਜ ਮਜੀਠੀਆ ਜੀ ਦੇ ਨਿਸ਼ਾਨੇ ਪਰ ਨਵਜੋਤ ਸਿੱਧੂ ਨਹੀਂ। ਅੱਜ ਇਕੱਲਾ ਹੀ ਇੱਕੋ ਇੱਕ ਜਿਹੜਾ ਸੁਖਜਿੰਦਰ ਰੰਧਾਵਾ ਬੋਲ ਰਿਹਾ ਉਹ ਜਿਹੜਾ ਇੱਕ ਨਿਸ਼ਾਨੇ ਪਰ ਆ, ਇਹ ਹੈਗੀ ਆ। ਮੈਂ ਸਿਆਸੀ ਗੱਲ ਦੀ ਜਿਹੜੀ ਤੁਸੀਂ ਪੁੱਛ ਰਿਹਾ, ਮੈਂ ਸਿਆਸੀ ਸਵਾਲ ਦਾ, ਮੈਂ ਇਹ ਗੱਲ ਨੂੰ ਕਰਿਆ ਵੀ ਇਹਨਾਂ ਦੀ ਆਪਸੀ ਇਸ ਮਾਮਲੇ ਨੂੰ ਹੈਗੀ ਆ। ਦੇਖੋ ਜੇ ਦੇਖੋ ਬਰਾੜ ਸਾਹਿਬ, ਦੇਖੋ ਮੈਂ ਦੇਖ ਕਹਿ, ਜੇ ਮੇਰੀ ਗੱਲ ਸਾਰ ਸੁਣ ਲਓ, ਜੇ ਸੁਖਜਿੰਦਰ ਰੰਧਾਵਾ ਇਸ ਮਾਮਲੇ ਦੇ ਵਿੱਚ ਜੱਗੂ ਭਗਵਾਨਪੁਰੀਆਂ ਨੂੰ ਜਾਂ ਗੈਂਗਸਟਰਾਂ ਨੂੰ ਸ਼ਹਿ ਦੇ ਰਿਹਾ ਜਾਂ ਉਹਦਾ ਹੱਥ ਆ, ਮੈਂ ਇਹ ਦਾਅਵੇ ਨਾਲ ਕਹਿੰਦਾ ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਨੂੰ, ਜਾਂ ਤੁਹਾਨੂੰ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ, ਔਰ ਪੁਲਿਸ ਨੂੰ ਪਰਚਾ ਦਰਜ ਕਰਕੇ ਉਹਨੂੰ ਅੰਦਰ ਭੇਜਣਾ ਚਾਹੀਦਾ ਜੇ ਉਹਨਾਂ ਦਾ ਹੱਥ ਹੈ। ਮੈਂ ਕਹਿੰਦਾ ਵੀ ਕਾਨੂੰਨ ਸਭ ਵਾਸਤੇ ਬਰਾਬਰ ਹੋਣਾ ਚਾਹੀਦਾ, ਚਾਹੇ ਉਹ ਰਿਕਸ਼ਾ ਪੁੱਲਰ ਆ, ਚਾਹੇ ਮੁੱਖ ਮੰਤਰੀ ਹੋਵੇ, ਚਾਹੇ ਕੋਈ ਮੰਤਰੀ ਹੋਵੇ।
ਪ੍ਰੋਬਲਮ ਇਹ ਹੈ ਵੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਬਲੇਮਬਾਜ਼ੀ ਜਿਹੜੀ ਕਰਦੇ ਆ ਰਹੇ, ਜਦੋਂ ਇਹਨਾਂ ਦੀ ਸਰਕਾਰ ਸੀਗੀ ਇਹੀ ਜਿਹੜੇ ਅੱਜ ਸੱਤਾ ਦਾ ਆਨੰਦ ਭੋਗਦੇ ਆ, ਹਰ ਮਸਲੇ ਦੇ ਵਿੱਚ ਵਾਰ ਵਾਰ ਸੁਖਬੀਰ ਦਾ ਨਾਂ, ਵਾਰ ਵਾਰ ਬਿਕਰਮ ਮਜੀਠੀ ਦਾ ਨਾਂ ਲੈਂਦੇ ਰਹੇ, ਜਿਹੜੀਆਂ ਇੱਕ ਦੂਜੇ ਪਰ ਬਲੇਮਬਾਜ਼ੀ ਕੀਤੀ ਜਾ ਰਹੀ ਆ, ਵੱਡੇ ਆਗੂਆਂ ਦਾ ਨਾਂ ਲੈ ਕੇ ਬਦਨਾਮ ਕਰਨ ਦੀ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਜਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਅਜਿਹੀਆਂ ਨਹੀਂ ਹੋਣੀਆਂ ਚਾਹੀਦੀਆਂ। ਕਿਉਂਕਿ ਇਹੀ ਜਿਹੜੇ ਅੱਜ ਸੱਤਾ ਭੋਗ ਰਿਹਾ ਜਾਂ ਕਾਂਗਰਸ, ਵਾਰ ਵਾਰ ਹਰ ਗੱਲ ਦੇ ਵਿੱਚ ਸੁਖਬੀਰ ਦਾ ਨਾਂ, ਵਾਰ ਵਾਰ ਹਰ ਗੱਲ ਦੇ ਵਿੱਚ ਮਜੀਠੀ ਦਾ ਨਾਂ, ਇਹ ਕਿਉਂ ਕੀਤਾ ਜਾ ਰਿਹਾ? ਇਹ ਜਾਣ ਬੁੱਝ ਕੇ ਆਪਣੀ ਸੱਤਾ ਚਮਕਾਉਣ ਵਾਸਤੇ, ਸਿਆਸੀਆਂ ਰੋਟੀਆਂ ਸੇਕਣ ਵਾਸਤੇ ਇੱਕ ਦੂਜੇ ਨੂੰ ਸਿਆਸੀ ਆਗੂ ਨੂੰ ਘੇਰ ਰਿਹਾ, ਇਹ ਤੇ ਉੱਪਰ ਕੁਛ ਨਹੀਂ। ਠੀਕ ਹੈ, ਗੁਰਪ੍ਰੀਤ ਵਾਂਗੜ, ਦਲਵੀਰ ਸਿੰਘ ਢਿਲਵਾਂ ਦਾ ਜਦੋਂ ਮਰਡਰ ਹੁੰਦਾ ਉਸ ਇਲਾਕੇ ਦੇ ਵਿੱਚ ਸੁਖੀ ਰੰਧਾਵਾ ਦਾ ਨਾਮ ਜੋੜਿਆ ਜਾਂਦਾ, ਇਸ ਇਲਾਕੇ ਦੇ ਵਿੱਚ ਜੇ ਸੁਖੀ ਰੰਧਾਵਾ ਦਾ ਨਾਮ ਜੋੜਿਆ ਜਾਂਦਾ ਇਹਦਾ ਮਤਲਬ ਸੁਖੀ ਰੰਧਾਵਾ ਟਾਰਗੇਟ 'ਤੇ ਹੈ, ਜਾਂ ਇਸ ਦਾ ਮਤਲਬ ਇਹ ਹੈ ਕਿ ਬਿਕਰਮ ਸਿੰਘ ਮਜੀਠੀਆ ਇੱਕ ਅਜਿਹੇ ਟਾਰਗੇਟ 'ਤੇ ਹੈ ਕਿ ਬਿਕਰਮ ਸਿੰਘ ਮਜੀਠੀਆ ਇੱਕ ਵੱਡਾ ਲੀਡਰ ਹੋ ਜਾਵੇ ਅਤੇ ਸੁਖੀ ਰੰਧਾਵਾ ਜਿਹੜਾ ਉਹ ਡਾਊਨ ਹੋ ਜਾਵੇ, ਕਿ ਕਾਂਗਰਸ ਨੂੰ ਕਿਤੇ ਇਹ ਸਾਜ਼ਿਸ਼ ਤਾਂ ਨਹੀਂ ਲੱਗਦੀ ਕੇਪੀ ਜੀ, ਜਾਂ ਕਾਂਗਰਸ ਇਸ ਸਾਜ਼ਿਸ਼ ਦੇ ਵਿੱਚ ਹਿੱਸੇਦਾਰ ਤਾਂ ਨਹੀਂ? ਕੇਪੀ ਜੀ, ਮੈਂ ਦੋ ਪੁਆਇੰਟ ਰੱਖਣਾ ਚਾਹੂੰਗਾ, ਉਹਦੇ ਵਿੱਚ ਹੀ ਮੇਰਾ ਜਵਾਬ ਹੋਏਗਾ ਜਿਹੜਾ ਤੁਸੀਂ ਸਵਾਲ ਪੁੱਛਿਆ ਹੈ। ਪਹਿਲੀ ਗੱਲ, ਜਦੋਂ ਸਾਡੀ ਸਰਕਾਰ ਬਣੀ ਸੀ ਉਦੋਂ ਕਿੰਨੇ ਗੈਂਗਸਟਰ ਸੀਗੇ, ਨਾਮੀ ਗੈਂਗਸਟਰ ਅੱਜ ਕਿੰਨੇ ਆ, ਇਹ ਚੀਜ਼ 'ਤੇ ਆਪਾਂ ਨੂੰ ਸਟੱਡੀ ਕਰਨ ਦੀ ਲੋੜ ਹੈ। ਦੂਜੀ ਗੱਲ, ਆਹ ਜਿਹੜਾ ਉਮਰਪੁਰੇ ਵਾਲਾ ਮਰਡਰ ਹੋਇਆ ਆ, ਬਰਾੜ ਸਾਹਿਬ ਨੇ ਮਤਲਬ ਜ਼ਿਆਦਾ ਡਿਟੇਲ 'ਚ ਦੱਸਿਆ ਵੀ ਉਹ ਜਿਹੜਾ ਲੇਡੀ ਹੈ ਉਹਦੇ ਖਿਲਾਫ ਜਿਹੜਾ ਅਕਿਊਜ਼ਡ ਹੈ ਉਹਦੀ ਮਦਰ ਨੇ ਕੰਟੈਸਟ ਕੀਤਾ ਸੀ। ਮੈਂ ਵੀ ਪਿੰਡ ਤੋਂ ਬਿਲੋਂਗ ਕਰਦਾ, ਪਿੰਡਾਂ 'ਚ ਸਰਪੰਚੀ ਨੂੰ ਲੈ ਕੇ ਬੜੀ ਸੈਂਟੀਮੈਂਟਲ ਅਤੇ ਇਮੋਸ਼ਨਲ ਫੀਲਿੰਗਸ ਹੁੰਦੀਆਂ ਆ, ਆਪਸ 'ਚ ਰੰਜਿਸ਼ਬਾਜ਼ੀ ਹੈ। ਦੇਖੋ, ਕਿਪੀ ਜੀ, ਸਮਝਣ ਦੀ ਲੋੜ ਹੈ। ਪਹਿਲੀ ਗੱਲ ਵੀ ਜਿਹੜਾ ਅਕਿਊਜ਼ਡ ਹੈਗਾ ਉਹਦੀ ਮਦਰ ਨੂੰ ਉਹਨਾਂ ਨੇ ਜਿਹੜਾ ਡਿਸੀਜ਼ਡ ਹੈਗਾ ਉਹਦੀ ਵਾਈਫ ਨੇ ਹਰਾਤਾ, ਪੁਆਇੰਟ 1। ਪੁਆਇੰਟ 2, ਵਾਈਲ ਸ਼ੀ ਵਾਜ਼ ਸਰਪੰਚ, ਆਹ ਜਿਹੜਾ ਅਕਿਊਜ਼ਡ ਹੈਗਾ ਇਹ ਦੇਸੀ ਸ਼ਰਾਬ ਰਮ ਰੁਮ ਕੱਢਦੇ ਸੀਗੇ, ਇਹ ਫੜਨਗੇ ਐਜ਼ ਪਿੰਡ ਦੀ ਸਰਪੰਚ। ਉਸ ਫੈਮਿਲੀ ਨੇ ਬੜਾ ਅੱਛਾ ਰੋਲ ਨਿਭਾਇਆ ਜਿਹੜਾ ਕਿ ਉਹਨਾਂ ਨੇ ਪੁਲਿਸ ਨੂੰ ਇਤਲਾਹ ਕਰਤੀ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਕੀਤਾ ਵੀ ਸਾਡੇ ਪਿੰਡ ਦੇ ਵਿੱਚ ਫਲਾਨਾ ਫਲਾਨਾ ਬੰਦਾ ਗਲਤ ਐਂਟੀ ਸੋਸ਼ਲ ਐਕਟੀਵਿਟੀਜ਼ ਕਰ ਰਿਹਾ, ਉਹਦੇ 'ਤੇ ਨੱਥ ਪਾਈ ਜਾਵੇ, ਜਿਹਦੀ ਸ਼ਿਕਾਇਤ 'ਤੇ ਉਹ ਕਾਰਵਾਈ ਹੋਈ, ਉਹਦੇ 'ਤੇ ਪਰਚਾ ਹੋਇਆ। ਹੁਣ ਉਹ ਉਦੋਂ ਹੀ ਉਹਨਾਂ ਨੇ ਕਿਹਾ ਸੀਗਾ ਵੀ ਤੂੰ ਸਾਡੇ 'ਤੇ ਆਇਆ ਕੀਤਾ, ਅਸੀਂ ਤੈਨੂੰ ਵੇਖ ਲਾਂਗੇ। ਇਹ ਉੱਥੋਂ ਗੱਲ ਵੱਧਦੀ, ਠੀਕ ਹੈ, ਬੜਾ ਅਨਫੋਰਚੁਨੇਟ ਹੋਇਆ, ਉਹਨਾਂ ਨੇ ਬੜੀ ਕਵਰਡਲੀ ਐਕਟ ਕੀਤੀ, ਠੀਕ ਹੈ, ਅਤੇ ਆਪਣੇ ਬਾਬਾ ਨੂੰ ਹੋ ਰਹੀ। ਮਾਗੜ ਸਾਹਿਬ, ਤੁਹਾਨੂੰ ਸਭ ਕੁਛ ਪਤਾ, ਸਭ ਕੁਛ, ਸਾਰੀ ਡਿਟੇਲ ਤੁਸੀਂ ਲੈ ਕੇ ਬੈਠੇ ਹੋ, ਉਸ ਦੇ ਬਾਵਜੂਦ ਆ ਜਿਹੜੀ ਨਾਕਾਮੀ ਅਸੀਂ ਦੱਸਣ ਨੂੰ ਤਿਆਰ ਨਹੀਂ ਹੈਗੇ। ਨਾਕਾਮੀ ਜੀ, ਮੇਰੀ ਗੱਲ ਸੁਣੋ, ਤੁਹਾਨੂੰ ਇਹ ਪਤਾ ਕਿ ਪਰਚਾ ਹੋਇਆ, ਤੁਹਾਨੂੰ ਇਹ ਪਤਾ ਪਰਚੇ ਦੀ ਵਜ੍ਹਾ ਕੀ ਸੀ, ਤੁਹਾਨੂੰ ਇਹ ਪਤਾ ਕਿ ਐਂਟੀ ਸੋਸ਼ਲ ਐਲੀਮੈਂਟ ਸੀ, ਉਸ ਦੇ ਬਾਵਜੂਦ ਉੱਥੇ ਮਰਡਰ ਹੋ ਜਾਂਦਾ। ਤੁਹਾਨੂੰ ਫਿਰ ਗੁਰਦੀਪ ਸਿੰਘ ਦਾ ਕਰੈਕਟਰ ਵੀ ਪਤਾ ਹੋਊਗਾ ਨਾ, ਉੱਥੇ ਗੁਰਦੀਪ ਸਿੰਘ ਦਾ ਕਰੈਕਟਰ ਕੀ ਸੀਗਾ? ਕੇਪੀ ਜੀ, ਦੇਖੋ, ਮੈਂ ਆਈ ਐਮ ਨੋਟ ਹੇਅਰ ਟੂ ਡਿਸਕਸ ਗੁਰਦੀਪ ਸਿੰਘ, ਮੈਂ ਜਿਹੜੇ ਪੁਆਇੰਟ ਰੱਖਣਾ ਚਾਹ ਰਿਹਾ ਉਹ ਇਹ ਚਾਹ ਰਿਹਾ ਕਿ ਜਿਹੜਾ ਅਕਿਊਜ਼ਡ ਹੈਗਾ ਆ ਨਿਰਮਲ ਸਿੰਘ ਅਤੇ ਉਹਦਾ ਭਰਾ ਹਰਮਨ, ਠੀਕ ਹੈ, ਇਹ ਪਹਿਲਾਂ ਵੀ ਕੁਛ, ਉਹਨਾਂ ਦਾ ਮੁੰਡਾ, ਸੋਰੀ, ਇਹ ਪਹਿਲਾਂ ਵੀ ਕੁਛ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਸੀਗੇ। ਕਾਂਗਰਸ ਨਾਲ ਕੋਈ ਤਾਲੁਕ ਹੈਗਾ? ਬਿਲਕੁਲ ਨਹੀਂ ਜੀ, ਨੋਟ ਐਟ ਆਲ। ਤੁਸੀਂ ਫਿਰ ਨੋਟ ਐਟ ਆਲ, ਤੁਸੀਂ ਫਿਰ ਕਿਉਂ ਕਹਿ ਰਹੇ ਹੋ ਕਾਂਗਰਸ ਦੀ ਸ਼ਾਦੀ? ਬਿਕੋਜ਼ ਆਈ ਵਿਲ ਟੈਲ ਯੂ, ਬਿਕੋਜ਼ ਹੁਣ ਕੀ ਹੈ, ਦੇਖੋ, ਇਹ ਬੜਾ ਅਨਫੋਰਚੁਨੇਟ ਇੰਸੀਡੈਂਟ ਹੋਇਆ, ਇਹ ਉਹਨੂੰ ਪੋਲੀਟੀਕਲ ਮਾਈਲੇਜ ਲੈਣਾ ਚਾਹੁੰਦੇ ਆ ਉਹਦੇ 'ਤੇ, ਔਰ ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਵੀ ਜਿਹੜੇ ਡਿਸੀਜ਼ਡ ਨੇ ਹੀ ਵਾਜ਼ ਕਲੋਜ਼ ਟੂ ਦੀ ਮਜੀਠਾ ਸਿਟਿੰਗ MLA ਵਿਕਰਮਜੀਤ ਮਜੀਠਾ, ਠੀਕ ਹੈ, ਇਹਦੇ 'ਚ ਇਹਨੂੰ ਮੈਂ ਡਿਨਾਈ ਵੀ ਨਹੀਂ ਕਰਦਾ, ਠੀਕ ਹੈ, ਔਰ ਮੈਂ ਇਸ ਚੀਜ਼ ਨੂੰ ਵੀ ਡਿਨਾਈ ਕਰਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਪੂਰੀ ਆਪਦੀ ਇਮਾਨਦਾਰੀ ਨਾਲ ਉਹਨੂੰ ਅਰੈਸਟ ਨਹੀਂ ਕਰ ਪਾਈ, ਜਾਂ ਅਗਰ ਪੁਲਿਸ ਟਾਈਮਲੀ ਐਕਸ਼ਨ ਲੈ ਲੈਂਦੀ, ਠੀਕ ਹੈ, ਹੋ ਸਕਦਾ ਜਾਂ ਉਹਨੂੰ ਅਰੈਸਟ ਕਰ ਲੈਂਦੀ ਪਹਿਲਾਂ, ਹੋ ਸਕਦਾ ਹੈ ਕਿ ਇਹ ਇੰਸੀਡੈਂਟ ਨਾ ਹੁੰਦਾ। ਲੇਕਿਨ ਐਟ ਦੀ ਸੇਮ ਟਾਈਮ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ SSP ਸਾਹਿਬ ਬੈਠੇ ਆ ਪੁਲਿਸ, ਇਹਦਾ ਮਤਲਬ ਕਾਨੂੰਨ ਵਿਵਸਥਾ ਦਾ ਮਾਮਲਾ ਹੈ? ਨਹੀਂ, ਕਾਨੂੰਨ ਵਿਵਸਥਾ ਦੇਖੋ ਜੀ, ਮੇਰੀ ਗੱਲ ਸੁਣੋ ਕੇਪੀ ਜੀ, ਗੱਲ ਇਹ ਹੈ ਵੀ ਤੁਹਾਡੀ ਮੇਰੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਏ, ਗਾਲੀ ਗਲੋਚ ਹੋ ਜਾਏ, ਕੁਛ ਹੋ ਜਾਵੇ, ਠੀਕ ਹੈ,
अब तुसी आपदे घर चल गए, मैं आपदे घर चल गया, तो आउट ऑफ सडन मैं आके आए शूट यू डाउन, ये पुलिस कुछ नहीं कर सकती। ठीक है, ये चाहे अकाली दल की सरकार है, चाहे कांग्रेस की सरकार है, चाहे वो आम आदमी। चलो ठीक है सर, सर सारे चलो मसला है सी उदों भी गैंगस्टर बनते रहे, हुण भी गैंगस्टर बन। होर किन्ने गैंगस्टर रहेगे दसो। चलो मैं बेनती कर देना जी, तुसी दसो नहीं, मैं तो यह कहना है भी जिहड़े साडे एलीगेशन है इंक्वायरी करके दुध दुध पानी का पानी कर दो। जे साडे आलिया की कोई गलती निकलती है साडी, तो सानू टंग दो यार, असी कदों कड़े ना टंगो तुसी। पर झूठ पहला बोलिया गया, जिवें छिब्बर साहब ने भी एक गल कहती कि बेअदबी के मुद्दे से बोलते हैं। हुण बेअदबी के मुद्दे से एक पासे तो कहें जी असी फड़ के जिहड़े है वह डेरे आते वह अंदर देते सी, ते जे वह अंदर देते सी ते फिर असी अक्यूज्ड किवें होगे। इस करके टोटली राजनीति हो रही है। और मैं फिर बेनती करनी चाहुंदा, साडा कोई लेना देना नहीं गा, आ 25 नवंबर की पोस्ट है जी, पढ़ लो जेडे ते उन्हें कहा भी असी 100 गोलियां भी मार सकते हैं, फलाने दे 7 मारियां, फलाने दे 25 मारियां, ते 26 नवंबर नूं डीजीपी साहब नूं दरखास्त देती आके क्यों नहीं कोई कार्रवाई की। जो वो तो जदों नूं सगों दी बाहर निकले तो उदों ही कहिंदे भी करता भी एक भी जांच होगी। एक मिनट ठहर दिओ जी, चार गल्लां दा मैं जवाब दूंगा। मैं मेरी बेनती है, पंडोरी वड़ैचा कतल जिहड़ा होया एक उत्थे हल्के च पैंदा है अमृतसर दे विच, ते उत्थे कतल होया। पिंड जंजियां जिहड़ा मजीठे हल्के च पैंदा है, दलबीर सिंह साडा सरपंच होया तीजा कतल हो गया, चौथा गुरदीप सिंह साबका सरपंच दा हो गया, अमरधारी सिख बंदा है जिहदा पाठ करन तो अलावा श्रोमणी अकाली दल दा सपोर्टर तकड़ा है, इहदे च कोई दोह रहा नहीं, पर पाठ करन तो अलावा उहदा कोई काम नहीं। ते उस वेले भी उह गुरद्वारे तो आ रहा जदों उहदे गोलियां मारियां हैगियां। एक गल हुण मैं एक होर ठहर जाओ, ते एस एस पियां दी गल कीती है जिहड़ी एस एस पी साहब ने थोड़ी जी कंट्राडिक्टरी करती। तरन तरन आई पी एस अफसर लगे हुए हैं दईया साहब, उन्होंने लिखा तरन तरन एस एस पी ध्रुव दईया सैड भगवानपुरी हैड इनक्रीज हिज नैटवर्क इन द अमृतसर एंड तरन तरन, और उन्होंने कहा कि हेरन केस नाल भी उहदा जिहड़ा जिहड़ा लिंक है वह जुड़ता है। एस एस पी रूरल जिहड़ा हैगा अमृतसर सेम वह कहिंदा, तो सेम ही घूमण साहब बटाले वाले कहिंदे है। साडा सवाल यह हैगा भी जे पुलिस नूं पता है ਵੀ ਇਹ ਗੈਂਗ ਵੱਧ ਰਿਹਾ ਔਰ ਜੱਗੂ ਭਗਵਾਨਪੁਰੀ ਦਾ ਇਹ ਅੱਗੇ ਗੈਂਗ ਹੈ, ਤੇ ਇਹ ਫੜੇ ਕਿਉਂ ਨਹੀਂ ਜਾਂਦੇ? ਤੁਹਾਨੂੰ ਇਹ ਡਰੱਗ ਕਨੈਕਸ਼ਨ ਤਾਂ ਨਹੀਂ ਲੱਗਦਾ? ਡਰੱਗ ਵੀ ਹੋਊਗਾ, ਡਰੱਗ ਵੀ ਹੋ ਸਕਦਾ। ਇਹ ਅਸੀਂ ਦੇਖ ਲਵਾਂਗੇ, ਅਸੀਂ ਨਹੀਂ ਕਿਹਾ। ਠੀਕ ਹੈ, ਇਹ ਐਸ ਐਸ ਪੀ ਤਰਨ ਤਰਨ ਕਰਿਆ ਕਿ ਹੈਰਮ ਜਿਹੜੀ ਫੜੀ ਗਈ ਹੈ ਉਹਦੇ ਨਾਲ ਵੀ ਇਹਦਾ। ਠੀਕ ਹੈ, ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਵਾਪਸ ਆਵਾਂਗੇ। ਬਹੁਤ ਸਾਰੇ ਸਵਾਲ ਹੈਗੇ ਆ, ਮਾਮਲਾ ਜੇਲ੍ਹ ਦੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ, ਅਤੇ ਇਸ ਕਰਕੇ ਜੇਲ੍ਹ ਮੰਤਰੀ 'ਤੇ ਵੀ ਸਵਾਲ ਹੈਗੇ ਆ, ਪਰ ਸਵਾਲ ਸਾਰੀ ਸਰਕਾਰ 'ਤੇ ਵੀ ਹੈਗੇ ਆ ਕਿ ਸੂਬੇ ਦੀ ਕਾਨੂੰਨ ਵਿਵਸਥਾ ਵਿੱਚ ਹੋ ਕੀ ਰਿਹਾ ਹੈ। ਕਿ ਬ੍ਰੇਕ ਤੋਂ ਵਾਪਸ ਆ ਕੇ ਆਖਰੀ ਹਿੱਸੇ ਵਿੱਚ ਹੋਵਾਂਗੇ, ਸਿਆਸੀ ਕਤਲਾਂ ਪਿੱਛੇ ਕਿਹੜੀ ਸਾਜ਼ਿਸ਼ ਹੈ, ਮਾਝੇ 'ਚੋਂ ਕੋਈ ਨਵੀਂ ਰਾਜਨੀਤੀ ਤਾਂ ਨਹੀਂ ਬਾਹਰ ਆ ਰਹੀ? ਵਾਪਸ ਆ ਰਹੀ ਸਵਾਲ ਇੱਕੋ ਪੁੱਛ ਰਿਹਾ, ਪੰਜਾਬ ਦੇ ਸਿਆਸੀ ਆਗੂਆਂ ਦੇ ਕਤਲ ਕਿਹੜਾ ਨੈਕਸਸ ਸਾਜ਼ਿਸ਼ ਘੜ ਰਿਹਾ? ਇਸ ਸਵਾਲ 'ਤੇ ਅਸੀਂ ਬਹਿਸ ਕਰ ਰਹੇ। ਗੁਰਮਿਤ ਮਾਂਗਟ, ਇੱਕ ਛੋਟਾ ਜਿਹਾ ਮੈਨੂੰ ਜਵਾਬ ਦੇ ਦਿਓ, ਤੁਹਾਨੂੰ ਡਰੱਗ ਕਨੈਕਸ਼ਨ ਤਾਂ ਨਹੀਂ ਲੱਗਦਾ ਇਸ ਪਿੱਛੇ? ਦੇਖੋ, ਇਹਨੂੰ ਇਨਵੈਸਟੀਗੇਟ ਜੇ ਇੱਕ ਆਈ ਪੀ ਐਸ ਆਫਿਸਰ ਨੇ ਜ਼ਿੰਮੇਵਾਰੀ ਨਾਲ ਕਿਹਾ, ਤੇ ਉਹਨੂੰ ਠੀਕ ਹੈ, ਛਿੱਬੜ ਸਾਹਿਬ ਤੁਸੀਂ ਇੱਕ ਗੱਲ ਕਹੀ ਹੈ, ਚੰਜੀ ਬਰਾੜਹਰਾ ਨੇ ਉਸ ਗੱਲ ਦਾ ਜਵਾਬ ਹੀ ਦਿੱਤਾ ਹੈਗਾ। ਤੁਸੀਂ ਕਿਹਾ ਕਿ ਬੇਅਦਬੀ ਵਾਲਾ ਮਾਮਲਾ ਜਿਹੜਾ ਉਸ ਮਾਮਲੇ ਦੇ ਵਿੱਚ ਜਿਹੜਾ ਸੁੱਖੀ ਰੰਧਾਵਾ ਜਾਂ ਨਰੋਸਰ ਸਿੱਧੂ ਹੋਰਾਂ ਨੇ ਵਾਰ ਵਾਰ ਡਿਮਾਂਡ ਕੀਤੀ ਹੈਗੀ ਸੀ, ਉਸ ਤੋਂ ਬਾਅਦ ਅਕਾਲੀ ਦਲ ਦੇ ਉਹ ਟਾਰਗੇਟ 'ਤੇ ਰਹੇ ਆ ਸਿਆਸੀ ਇਲਜ਼ਾਮ ਤਰਾਸ਼ੀਆਂ ਦੇ ਮਾਮਲੇ। ਮੇਰਾ ਸਵਾਲ ਹੈਗਾ, ਜੇਲ੍ਹ ਦੇ ਵਿੱਚ ਇੱਕ ਡੇਰਾ ਪ੍ਰੇਮੀ ਦਾ ਮਰਡਰ ਹੁੰਦਾ ਜਿਹੜਾ ਕਿ ਬੇਅਦਬੀ ਕੇਸ ਦੇ ਵਿੱਚ ਉਸਦਾ ਨਾਮ ਆਉਂਦਾ ਪਿਆ ਸੀਗਾ। ਦੂਜਾ ਸਵਾਲ ਇਹ ਹੈਗਾ ਕਿ ਜੇਲ੍ਹ ਦੇ ਵਿੱਚੋਂ ਸਭ ਕੁਝ ਆਪਰੇਟ ਹੋ ਰਿਹਾ, ਸਵਾਲ ਇਹ ਵੀ ਹੈਗਾ। ਤੀਜਾ ਸਵਾਲ ਇਹ ਹੈਗਾ, ਜਿਹੜਾ ਬੇਅਦਬੀ ਵਾਲਾ ਸਵਾਲ ਤੁਸੀਂ ਕੀਤਾ ਹੈਗਾ ਕਿ ਸੁੱਖੀ ਰੰਧਾਵਾ ਉਹ ਬੁੱਬ ਕੇ ਬੋਲਦੇ ਪਏ ਸੀਗੇ, ਇਹ ਸਾਰੇ ਮਾਮਲੇ ਦੇ ਵਿਚਾਲੇ ਜਿਹੜਾ ਇੱਕ ਸਵਾਲ ਹੋਰ ਆ ਗਿਆ ਡਰੱਗ ਵਾਲਾ, ਜਿਹੜਾ ਕਿ ਇਹ ਕਹਿੰਦੇ ਕਿ ਐਸ ਐਸ ਪੀ ਉੱਥੋਂ ਦੇ ਜਿਹੜੇ ਉਹ ਇਹ ਦਾਅਵਾ ਕਰਦੇ ਪਏ ਹੈਗੇ ਕਿ ਉਹ ਆਪਦਾ ਨੈਕਸਸ ਫੈਲਾ ਰਿਹਾ ਹੈਗਾ। ਇਸ ਪੂਰੇ ਮਾਮਲੇ ਨੂੰ ਨਿੱਜੀ ਰੰਜਿਸ਼ ਤੱਕ ਛੱਡਿਆ ਜਾਵੇ ਜਾਂ ਇਹਨਾਂ ਮਾਮਲਿਆਂ ਨੂੰ ਇਸ ਮਾਮਲੇ ਨਾਲ ਜੋੜ ਕੇ ਦੇਖਿਆ ਜਾਵੇ? ਛਿੱਬੜ ਸਾਹਿਬ, ਮੈਂ ਇੱਕ ਗੱਲ ਹੋਰ ਤੁਹਾਡੇ ਬੋਲਣ ਤੋਂ ਪਹਿਲਾਂ ਧਿਆਨ 'ਚ ਲਿਆ ਦਿਆਂ, ਜਿਹੜੀ 532 ਕਿਲੋ ਹੈਰੋਨ ਫੜੀ ਗਈ ਹੈ, ਜਿਹੜੀ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰੀ ਐਡੀ ਵੱਡੀ ਖੇਪ ਫੜੀ ਗਈ ਹੈ, ਉਹ ਵੀ ਜੇਲ੍ਹ 'ਚ ਹੀ ਮਰਿਆ। ਜੇਲ੍ਹ ਦੇ ਵਿੱਚ ਬੰਦੇ ਮਰਨਾ ਜਿਹੜੇ ਕਿ ਐਡੇ ਬੇਅਦਬੀ ਦਾ ਜਿਹੜਾ ਮੁੱਖ ਦੋਸ਼ੀ, ਤੇ ਪਲੱਸ 532 ਕਿਲੋ ਹੈਰੋਨ ਫੜੇ ਜਾਣਾ, ਇਹਦਾ ਮਤਲਬ ਮੁੱਦਾ ਹੀ ਖਤਮ ਹੋ ਜਾਏ? ਇਹ ਦੋਨੋਂ ਮੁੱਦੇ ਆ ਗਏ, ਡਰੱਗ ਵਾਲਾ ਵੀ ਆ ਗਿਆ ਤੇ ਉਹ ਵੀ ਆ ਗਿਆ। ਪਹਿਲੀ ਗੱਲ ਤਾਂ ਇਹੀ ਆ ਵੀ ਕਿਸੇ ਵਿਅਕਤੀ ਦਾ ਕਤਲ ਹੋਇਆ, ਚਾਹੇ ਉਹ ਸਿਆਸੀ ਤੌਰ 'ਤੇ ਹੋਇਆ, ਚਾਹੇ ਨਿੱਜੀ ਰੰਜਿਸ਼ ਨਾਲ ਹੋਇਆ। ਕਿਸੇ ਵਿਅਕਤੀ ਕਿਉਂ ਅਣਆਈ ਮੌਤ ਮਰੇ? ਕੋਈ ਵਿਅਕਤੀ, ਕੋਈ ਵੀ ਨਹੀਂ ਮਰਨਾ ਚਾਹੀਦਾ। ਇਹ ਇਸ ਧਰਤੀ ਪਰ ਹਰੇਕ ਵਿਅਕਤੀ ਨੂੰ ਆਤਮ ਵਿਸ਼ਵਾਸ ਨਾਲ ਆਜ਼ਾਦੀ ਨਾਲ ਜਿਉਣ ਦਾ ਹੱਕ ਆ। ਕੋਈ ਵੀ ਨਹੀਂ ਮਰਨਾ ਚਾਹੀਦਾ, ਨਾ ਸਿਆਸੀ ਤੌਰ 'ਤੇ ਨਾ ਨਿੱਜੀ ਦੁਸ਼ਮਣੀ ਤੌਰ 'ਤੇ। ਦੂਜੀ ਗੱਲ, ਬਰਾੜ ਸਾਹਿਬ ਉਹਨਾਂ ਨੇ ਕਿਹਾ ਵੀ 26/11 ਨੂੰ ਇਹਨਾਂ ਨੇ ਇੱਕ ਡੀ ਜੀ ਪੀ ਸਾਹਿਬ ਨੂੰ ਕੰਪਲੇਂਟ ਦਿੱਤੀ ਅਤੇ ਅੱਗੇ ਗਈ। ਜਿਹੜੀ ਆ ਕੰਪਲੇਂਟ 26/11 ਨੂੰ ਉਹਨਾਂ ਨੇ ਦਿੱਤੀ ਆ, ਉਹਦੇ ਪਰ ਕਿਉਂ ਨਹੀਂ ਥੱਲੇ ਤੱਕ ਅਫਸਰਾਂ ਨੇ ਕਾਰਵਾਈ ਕੀਤੀ?
ਇਹ ਜਿਹੜੇ ਅਫਸਰ ਨੇ ਕਾਰਵਾਈ ਨਹੀਂ ਕੀਤੀ ਉਹਦੇ ਉੱਪਰ ਚਾਹੇ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਆ ਚਾਹੇ ਹੋਰ ਆ। ਅਸਲ ਪ੍ਰੋਬਲਮ ਇਸ ਕੇ ਪੀ ਜੀ ਇੱਥੇ ਇਹ ਆ ਵੀ ਉੱਪਰ ਤੇ ਜਦੋਂ ਇਨਕੁਆਇਰੀ ਇਹ ਚਿੱਠੀ ਸ਼ਿਕਾਇਤ ਦਿੰਦੇ ਨੇ ਉਹ ਡਾਊਨ ਮਾਰਕ ਹੁੰਦੀ ਹੁੰਦੀ ਸਾਡੇ ਸਾਹਮਣੇ ਅਫਸਰ ਸਾਹਿਬਾਨ ਬੈਠੇ ਨੇ ਉੱਪਰ ਤੇ ਡਾਊਨ ਮਾਰਕ ਹੁੰਦੀ 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 ਉਸੇ ਥਾਣੇਦਾਰ ਕੋਲ ਪਹੁੰਚ ਜਾਂਦੀ ਆ ਜਿਹਦੇ ਖਿਲਾਫ਼ ਸ਼ਿਕਾਇਤ ਕੀਤੀ ਹੋਈ ਹੁੰਦੀ ਆ। ਉਹ ਥੱਲੇ ਤੇ ਰਿਪੋਰਟ ਬਣਾ ਕੇ ਭੇਜਦਾ ਵੀ ਇਹਨੂੰ ਜੀ ਅਸੀਂ ਘੋਕਿਆ ਪੜਤਾਲ ਆ ਇਹਦੇ 'ਚ ਕੋਈ ਜਾਂਚ ਨਹੀਂ। ਉਹੀ ਪੜਤਾਲ ਘੁੰਮਦੀ ਘੁੰਮਦੀ ਅੱਪ ਹੋ ਕੇ ਫਿਰ ਡੀ ਜੀ ਪੀ ਕੋਲ ਤੱਕ ਜਾਂਦੀ ਆ ਉਹ ਦਫ਼ਤਰ ਦੇ ਵਿੱਚ ਫਾਈਲ ਹੋ ਜਾਂਦੀ ਆ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਇੱਕ ਜਿਹੜਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਲਾਏ ਆ ਇੱਕ ਅਜਿਹਾ ਚੇਅਰਮੈਨ ਲੱਗ ਗਿਆ ਜਿਹੜਾ ਅੱਜ ਵੀ ਪੁਲਿਸ ਦੇ ਰਿਕਾਰਡ ਵਿੱਚ ਭਗੌੜਾ। ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਕੈਪਟਨ ਅਮਰਿੰਦਰ ਸਿੰਘ ਜਿੱਦਣ ਉਹਨੇ ਚਾਰਜ ਲੜਾ ਨਾ ਉੱਦਣ ਅਖਬਾਰਾਂ ਦੇ ਵਿੱਚ ਫੋਟੋਆਂ ਲੱਗਣਗੀਆਂ ਅਜਿਹੀਆਂ ਫੋਟੋਆਂ ਇਹਨਾਂ ਦੀ ਸਰਕਾਰ ਦੇ ਸਮੇਂ ਵੀ ਲੱਗਦੀਆਂ ਰਹੀਆਂ। ਇਸ ਕਰਕੇ ਮੈਂ ਇਹ ਵਾਰ ਵਾਰ ਗੱਲ ਕਹਿੰਦਾ ਵੀ ਜਦੋਂ ਤੱਕ ਅਸੀਂ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਅਫਸਰ ਆ ਚਾਹੇ ਉਹ ਸਿਵਲ ਦੇ ਆ ਚਾਹੇ ਦੂਜੇ ਜਦੋਂ ਤੱਕ ਅਸੀਂ ਅਫਸਰਾਂ ਦੀ ਜਵਾਬਦੇਹੀ ਫਿਕਸ ਨਹੀਂ ਕਰਦੇ ਇਹਨਾਂ ਦੇ ਖਿਲਾਫ਼ ਕਾਰਵਾਈ ਨਹੀਂ ਕਰਦੇ ਉਦੋਂ ਤੱਕ ਕੁਛ ਨਹੀਂ ਹੋਣਾ। ਦੇਖੋ ਅਫਸਰ ਸਾਹਿਬਾਨ ਨੇ ਕੀਤਾ ਵੀ ਜੇ ਉਸ ਬੰਦੇ ਦੇ ਖਿਲਾਫ਼ ਕੋਈ ਮੋਬਾਈਲ ਫੜਿਆ ਜਾਂਦਾ ਜਾਂ ਕੁਛ ਉਹਦੇ ਪਰ ਤਾਂ ਕਾਰਵਾਈ ਹੁੰਦੀ ਆ। ਅੰਦਰ ਮੋਬਾਈਲ ਗਿਆ ਕਿਵੇਂ? ਸਭ ਤੋਂ ਪਹਿਲੀ ਗੱਲ ਤਾਂ ਇਹ ਆ ਅੰਦਰ ਆਪਾਂ ਵਾਰ ਵਾਰ ਗੱਲ ਕਰ ਰਹੇ ਬਰਾੜ ਸਾਹਿਬ ਵੀ ਗੱਲ ਕਹਿ ਰਹੇ ਆ ਲੰਬੇ ਸਮੇਂ ਤੋਂ ਚੱਲ ਰਹੀ ਆ ਅੰਦਰ ਮੋਬਾਈਲ ਕਿਉਂ ਗਿਆ? ਕਿਉਂ ਨਹੀਂ ਜੇਲ੍ਹ ਸੁਪਰਡੈਂਟ ਦੀ ਜ਼ਿੰਮੇਵਾਰੀ ਹੋਣੀ ਹੈ? ਕਿਉਂ ਨਹੀਂ ਬਰਖਾਸਤ ਕੀਤਾ ਜਾਂਦਾ? ਕਿਉਂ ਨਹੀਂ ਜਿਹੜੇ ਵਾਰਡਨ ਆ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਂਦੀ? ਕਿਉਂ ਨਹੀਂ ਉਹਨਾਂ ਨੂੰ ਘਰ ਭੇਜਿਆ ਜਾਂਦਾ? ਗੱਲ ਸਖਤ ਐਕਸ਼ਨ ਕਰਨ ਦੀ ਜ਼ਰੂਰਤ ਆ। ਇੱਕ ਗੱਲ ਕੇਪੀ ਜੀ ਹੋਰ ਆ, ਚਾਰ SSP ਇਹੋ ਜਿਹੇ ਲੱਗੇ ਹੋਏ ਨੇ ਜਿਨ੍ਹਾਂ ਪਰ ਵੱਖ ਵੱਖ ਤਰ੍ਹਾਂ ਦੀਆਂ ਇਨਕੁਆਇਰੀਆਂ ਚੱਲਦੀਆਂ। ਇੱਕ ਨੇ ਇੱਕ ਗੈਂਗਸਟਰ ਦੀ ਮਾਂ ਤੋਂ 25 ਲੱਖ ਰੁਪਇਆ ਲੈ ਲਿਆ ਸੀਗਾ, ਤੁਹਾਡੇ ਯਾਦ ਹੋਣਾ ਕਿੰਨਾ ਮੀਡੀਆ 'ਚ ਆਇਆ। ਇੱਕ ਨੇ ਸੋਨੇ ਦੇ ਮਾਮਲੇ 'ਚ ਭਖਿਆ ਸੋਨਾ ਲੈ ਲਿਆ ਸੀਗਾ, ਉਹ ਉਸ ਮਾਮਲੇ 'ਚ ਇਨਕੁਆਇਰੀ ਚੱਲਦੀ ਆ। ਦੋ SPs ਦੇ ਹੋਰ ਉਹ ਚਾਰ ਅਫਸਰਾਂ ਦੇ ਖਿਲਾਫ਼ ਇਨਕੁਆਇਰੀਆਂ ਚੱਲਦੀਆਂ, ਉਹ ਅੱਜ ਵੀ SSP ਸ਼ਿਪ ਭਾਲ ਰਹੇ ਨੇ। ਕਿਆ ਤੁਸੀਂ ਫਿਰ ਕਾਨੂੰਨ ਦੀ ਤੁਸੀਂ ਕਿਵੇਂ ਚਾਹੁੰਦੇ ਵੀ ਆਮ ਆਦਮੀ ਪਾਰਟੀ ਦੀ ਉੱਥੇ ਸੋਰੀ ਆਮ ਆਦਮੀ ਦੀ ਉੱਥੇ ਹੋਵੇ ਕਦਰ ਹੋਵੇਗੀ, ਆਮ ਆਦਮੀ ਸਕੋਰ ਰਹੇਗਾ? ਗੱਲ ਜਦੋਂ ਤੱਕ ਉੱਪਰ ਤੋਂ ਲੈ ਕੇ ਥੱਲੇ ਤੱਕ ਤੁਸੀਂ ਇੱਕ ਨਜ਼ਰ ਨਾਲ ਨਹੀਂ ਦੇਖਦੇ, ਤੁਸੀਂ ਅਮਨ ਕਾਨੂੰਨ ਉਦੋਂ ਲਾਗੂ ਹੋਵੇਗਾ ਜਦੋਂ ਤੁਸੀਂ ਭ੍ਰਿਸ਼ਟ ਬੰਦਿਆਂ ਦੇ ਖਿਲਾਫ਼ ਕਾਰਵਾਈ ਨਹੀਂ ਕਰਦੇ। ਜਿਹੜੇ ਅਫਸਰ ਆ ਇਹਨਾਂ ਨੂੰ ਘਰ ਤੋੜਨ ਦੀ ਜ਼ਰੂਰਤ ਆ, ਜਿਹੜੇ ਭ੍ਰਿਸ਼ਟ ਅਫਸਰ ਨੇ। ਖੁਸ਼ਿੰਦਰ ਸਿੰਘ ਜੀ, ਮੈਂ ਇੱਕ ਸਵਾਲ ਕੀਤਾ ਸੀ ਨੈਕਸਸ ਵਾਲਾ, ਇਹ ਸਵਾਲ ਪੋਲੀਟੀਕਲ ਪਾਰਟੀਆਂ ਵੀ ਪੁੱਛ ਰਹੀਆਂ ਹੈਗੀਆਂ। ਸਵਾਲ ਇਹ ਹੈਗਾ ਜਦੋਂ ਜੇਲ੍ਹ ਸੁਪਰਡੈਂਟ 'ਤੇ ਸਵਾਲ ਉੱਠਦਾ, ਤੁਸੀਂ ਕਹਿ ਰਹੇ ਕਿ ਜੇਲ੍ਹ ਸੁਪਰਡੈਂਟ ਸਾਰੀਆਂ ਚੀਜ਼ਾਂ ਦਾ ਜ਼ਿੰਮੇਵਾਰ ਨਹੀਂ ਹੈਗਾ। ਮੇਰਾ ਸਵਾਲ ਹੈ ਕਿ ਜੇਲ੍ਹ ਸੁਪਰਡੈਂਟ ਆ ਉਹ ਸਿਆਸੀ ਸਿਫਾਰਸ਼ਾਂ 'ਤੇ ਲਾਇਆ ਜਾਂਦਾ? ਦੂਜਾ ਸਵਾਲ ਇਹ ਆ ਜੋ ਛਿੱਬਰ ਸਾਹਿਬ ਨੇ ਚੁੱਕਿਆ ਕਿ ਚਾਰ ਇਹੋ ਜਿਹੇ ਅਧਿਕਾਰੀ ਹੈਗੇ ਆ ਜਿਨ੍ਹਾਂ 'ਤੇ ਖੁਦ ਮਾਮਲੇ ਦਰਜ ਹੈਗੇ ਆ, ਫਿਰ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਰਾਗ ਕਿਉਂ ਲਾਪ ਰਹੇ? ਨਹੀਂ, ਉਹ ਛਿੱਬਰ ਸਾਹਿਬ ਨੇ ਕਿਹਾ ਚਾਰ ਅਧਿਕਾਰੀ ਹੈਗੇ, ਉਹ SD ਦਾ SSP ਨਹੀਂ ਹੈ ਮੇਰਾ ਖਿਆਲ। ਇਹ ਕਹਿੰਦੇ ਲੱਗਣ ਨੂੰ ਦੁਬਾਰਾ ਫਿਰਦੇ ਆ ਉਹ, ਇਹਨਾਂ ਦੀ ਮਤਲਬ ਸੀਗਾ। ਦੂਜੀ ਗੱਲ, ਜੇਲ੍ਹ ਸੁਪਰਡੈਂਟ 'ਤੇ ਤਾਂ ਐਕਸ਼ਨ ਲੈਣਾ ਚਾਹੀਦਾ। ਜੇਲ੍ਹ ਸੁਪਰਡੈਂਟ ਨੂੰ ਇਹ ਆ ਜੇ ਉਹ ਜੇਲ੍ਹ ਸੁਪਰਡੈਂਟ ਨੇ ਥੱਲੇ ਵਾਲੇ 'ਤੇ ਐਕਸ਼ਨ ਨਹੀਂ ਲੈਂਦਾ, ਉਹ ਡਿਊਟੀ ਬਣਦੀ ਆ ਵੀ ਜੇ ਕੋਈ ਮੋਬਾਈਲ ਫੋਨ ਅੰਦਰ ਜਾਂਦਾ ਉਹ ਕਿਵੇਂ ਗਿਆ, ਉਹ ਡਿਊਟੀ ਉਹਨਾਂ ਨੂੰ ਇਨਵੈਸਟੀਗੇਟ ਕਰੇ। ਮੈਨੂੰ ਇੱਕ ਥੋੜ੍ਹੀ ਜਿਹੀ ਚੀਜ਼ ਸਮਝਾ ਦਿਓ। ਜੇ ਜੇਲ੍ਹ 'ਚੋਂ ਹੀ ਸਭ ਕੁਝ ਆਪਰੇਟ ਹੋ ਰਿਹਾ, ਜੇ ਬਾਹਰ ਮਰਡਰ ਹੋ ਰਿਹਾ, ਜੇ ਉਹਨਾਂ ਦਾ ਆਪਸ ਵਿੱਚ ਕੋਈ ਨੈਕਸਸ ਜੁੜਦਾ ਹੈਗਾ, ਕੀ ਜਿਹੜਾ ਕਤਲ ਦਾ ਕੇਸ ਦਰਜ ਕੀਤਾ ਜਾਂਦਾ ਜਾਂ ਫਰੋਤੀ ਦਾ ਕੇਸ ਦਰਜ ਕੀਤਾ ਜਾਂਦਾ, ਕਿ ਉਹਨਾਂ ਧਰਾਵਾਂ ਦੇ ਵਿੱਚ ਜੇਲ੍ਹ ਦੇ ਕਿਸੇ ਅਧਿਕਾਰੀ ਦਾ ਨਾਮ ਵੀ ਦਰਜ ਹੋਣਾ ਚਾਹੀਦਾ? ਇਨਕੁਆਇਰੀ ਤੋਂ ਬਾਅਦ ਦੀ ਗੱਲ ਕਰ ਰਿਹਾ ਮੈਂ, ਹੋਣਾ ਚਾਹੀਦਾ ਜੇ ਉਹਨਾਂ ਦਾ ਰੋਲ ਆਫ ਤਾਂ ਹੋਣਾ ਚਾਹੀਦਾ। ਨਹੀਂ, ਰੋਲ ਤਾਂ ਹੈ ਨਾ, ਜੇ ਉਹਨਾਂ ਦੀ ਛਤਰ ਛਾਇਆ ਹੇਠ ਉੱਥੋਂ ਸੋਸ਼ਲ ਮੀਡੀਆ ਆਪਰੇਟ ਹੋ ਰਿਹਾ ਜਾਂ ਵਧਾਈਆਂ ਦਿੱਤੀਆਂ ਜਾ ਰਹੀਆਂ ਜਾਂ ਕੁਛ ਕੀਤਾ ਜਾ ਰਿਹਾ, ਤਾਂ ਫਿਰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਪੁਲਿਸ ਮੇਰਾ ਖਿਆਲ ਲਾ ਦੇ ਹਿਸਾਬ ਨਾਲ ਉਹ ਕੇਸ ਤਾਂ ਨਹੀਂ ਆ ਸਕਦੇ, ਉਹ ਡਿਪਾਰਟਮੈਂਟ ਐਕਸ਼ਨ ਹੀ ਹੋਊਗਾ ਨਾ, ਡਿਪਾਰਟਮੈਂਟ ਐਕਸ਼ਨ। ਠੀਕ ਹੈ, ਗੁਰਮਿਤ ਮੰਗੜ ਕਾਨੂੰਨ ਵਿਵਸਥਾ ਦਾ ਮੁੱਦਾ ਹੁਣ ਪੰਜਾਬ ਸਰਕਾਰ ਦੇ ਹੱਥੋਂ ਬਾਹਰ ਨਿਕਲ ਚੁੱਕਿਆ? ਬਿਲਕੁਲ ਨਹੀਂ ਜੀ। ਦੇਖੋ KP ਜੀ, ਮੈਂ ਹੁਣ ਜੇ ਮੈਂ ਇੱਕ ਸਟੇਟਮੈਂਟ ਦਊਂਗਾ ਫਿਰ ਉਹ ਪੋਲੀਟੀਕਲ ਇਸ਼ੂ ਬਣ ਜਾਣਾ। ਦੇਖੋ, ਕਾਨੂੰਨ ਜਿਹੜੇ ਤੁਸੀਂ ਸਵਾਲ ਪੁੱਛਿਆ ਕਿ ਪੰਜਾਬ ਦੇ ਵਿੱਚ ਅੱਜ ਸ਼ਰੇਆਮ ਕਿਸੇ ਥਾਣੇਦਾਰ ਨੂੰ ਗੋਲੀ ਮਾਰੀ ਜਾ ਰਹੀ ਹੈ, ਕੀ ਪੰਜਾਬ ਦੇ ਵਿੱਚ ਕਿਸੇ ਥਾਣੇਦਾਰ ਨੂੰ ਆਪਦੀ ਕੁੜੀ ਦੇ ਛੇੜਨ ਵਾਲੇ ਨੂੰ ਰੋਕਣ ਤੇ ਕੁੱਟਮਾਰ ਕੀਤੀ ਜਾ ਰਹੀ ਹੈ, ਕੁਛ ਹੋ ਰਿਹਾ ਕੀ? ਸ਼ਰਿਆ ਤਾਂ ਮਾਰੇ ਜਾ ਰਹੇ ਹੋ? ਨਹੀਂ 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 ਨਹੀਂ, ਕੋਈ ਨਹੀਂ ਮਾਰ, ਨਹੀਂ ਬਰਾਸ਼ੀਆਂ ਗੱਲਾਂ ਵੱਲ ਬਸ ਬਸ। ਮੇਰੀ ਇਹ ਸਵਾਲ ਹੈ, ਮੈਂ ਫਿਰ ਸਾਡੇ ਵੇਲੇ ਕੁਝ ਹੋਇਆ ਭਾਵੇਂ ਨਹੀਂ ਹੋਇਆ, ਹੁਣ ਤਾਂ ਸਰਕਾਰ ਬਣ ਕੇ 3 ਸਾਲ ਹੋ ਗਏ, ਆਪਾਂ ਕਿਉਂ ਉਹਨਾਂ ਗੱਲਾਂ 'ਚ ਪਏ? ਨਹੀਂ ਨਹੀਂ, ਐਕਚੁਅਲੀ ਪਤਾ ਮੰਗੜ ਸਾਹਿਬ ਜਿਹੜੀ, ਨਹੀਂ ਮੰਗੜ ਸਾਹਿਬ ਜਵਾਬ ਤਾਂ ਇਹੀ ਹੈ, ਲੈ ਲਓ ਦੇ ਦਿਓ ਜਵਾਬ। ਮੰਗੜ ਸਾਹਿਬ ਜਿਹੜੀ ਗੱਲ ਤੁਸੀਂ ਕਹਿਣਾ ਚਾਹ ਰਹੇ ਹੋ, ਜਿਹੜੀ ਪੁਰਾਣੀ ਲਕੀਰ ਵਿਛੀ ਹੋਈ ਸੀ ਤੁਸੀਂ ਉਸ ਲਕੀਰ ਨੂੰ ਲੰਬਾ ਕਰ ਦਿੱਤਾ? ਨਹੀਂ ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ ਜੀ। ਦੇਖੋ ਜੀ, ਮੈਂ ਫਿਰ ਤੁਸੀਂ ਕੌਤਿਕ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਰਹੋਗੇ? 3 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ। ਸਾਡੀ ਸਰਕਾਰ ਹੈ, ਅਸੀਂ ਜ਼ਿੰਮੇਵਾਰ ਹੈ ਜੀ। ਦੇਖੋ, ਛਿੱਬੜ ਸਾਹਿਬ ਨੇ ਇੱਕ ਗੱਲ ਕਹੀ,
ਹੁਣ ਜੇ ਕੋਈ ਆ ਦੇਖੋ ਆਪਸੀ ਰੰਜਿਸ਼ ਕਰਕੇ ਇਹ ਜਿਹੜਾ ਇੰਸੀਡੈਂਟ ਹੋਇਆ ਆ, ਠੀਕ ਹੈ, ਇਹ ਆਪਸੀ ਰੰਜਿਸ਼ ਕਰਕੇ ਹੋਇਆ, ਇਹਦੇ ਵਿੱਚ ਜਿੱਥੇ ਮੈਂ ਕਹਿੰਦਾ ਜਿੱਥੇ ਪ੍ਰਸ਼ਾਸਨ ਦਾ ਰੋਲ ਕਿੱਥੇ ਆਉਂਦਾ ਹੈ, ਪ੍ਰਸ਼ਾਸਨ ਨੂੰ ਸ਼ਿਕਾਇਤ ਗਈ ਸੀ ਨੋ ਡਾਊਟ, ਪਰ ਐਟ ਦੀ ਸੇਮ ਟਾਈਮ ਤੁਸੀਂ ਇਹ ਵੀ ਦੇਖੋ ਵੀ ਪ੍ਰਸ਼ਾਸਨ ਉਹਨਾਂ ਨੂੰ ਫੜਨ ਦੀ ਵੀ ਕੋਸ਼ਿਸ਼ ਕਰ ਰਿਹਾ, ਠੀਕ ਹੈ, ਇੱਕ ਬੰਦਾ ਪਕੌੜਾ ਆ, ਠੀਕ ਹੈ, ਜਿਹੜਾ ਹੈ ਹੀ ਪਕੌੜਾ, ਉਹ ਕੋਈ ਆ ਕੇ ਇੱਕ ਕਾਵਰਡਲੀ ਐਕਟ ਕਰ ਦਿੰਦਾ ਆ, ਸਾਰੇ ਨਹੀਂ ਪਕੌੜੇ, ਇੱਕ ਮਿੰਟ ਚੰਗਾ ਕੇਸ ਜੇਲ੍ਹ ਦਾ ਹੀ ਦੱਸ ਦਿੰਦਾ, ਕਿਰਪਾ ਕਰਕੇ ਨਵਾਂ ਸੁਣ ਲਓ। ਫਰੀਦਕੋਟ ਇੱਕ ਸ਼ਰੂਤੀ ਕੇਸ ਹੋਇਆ ਸੀ ਜਿਹੜਾ ਨਿਸ਼ਾਨ ਸਿੰਘ ਨੇ ਅਗਵਾਹ ਕਰ ਲਿਆ ਸੀ ਅਤੇ ਬੜਾ ਰੌਲਾ ਪਿਆ ਸੀਗਾ ਤੁਹਾਡੇ ਸਾਹਮਣੇ ਆਉਣਾ, ਉਹਦੇ 'ਚ ਲੀਡ ਕੀਤਾ ਜਦੋਂ ਜਿਹੜੀ ਐਕਸ਼ਨ ਕਮੇਟੀ ਬਣੀ ਉਹਦੇ 'ਚ ਨਾਂ ਸੀਗਾ ਉਹਨਾਂ ਦਾ ਕੀ ਨਾਂ ਰਜਿੰਦਰ ਸਿੰਘ ਜਾਂ ਜੋ ਵੀ ਸੀਗਾ, ਰਜਿੰਦਰ ਸਿੰਘ ਸੀਗਾ ਮੇਰਾ ਖਿਆਲ ਉਹਨਾਂ ਦਾ ਨਾਂ ਸੀਗਾ, ਫਿਰ CIA 'ਚ ਮੁੰਡਾ ਮਰ ਗਿਆ, ਹਾਂ ਰਜਿੰਦਰ ਸਿੰਘ ਸੋਸ਼ਲ ਵਰਕਰ ਹੈ, CIA 'ਚ ਮੁੰਡਾ ਮਰ ਗਿਆ, ਉਹਦੀ ਵੀ ਕਮੇਟੀ ਬਣੀ, ਉਹਦਾ ਵੀ ਉਹ ਕਿਉਂਕਿ ਸੋਸ਼ਲ ਵਰਕਰ ਹੈਗਾ ਔਰ ਅਗਾਂਹ ਵਧੂ ਹੈ, ਕਿਰਤੀ ਕਿਸਾਨ ਯੂਨੀਅਨ ਦਾ ਵੀ ਹੈਗਾ, ਡਾਕਟਰ ਰੇਪ ਕੇਸ ਦਾ ਉੱਥੇ ਰੌਲਾ ਪਿਆ ਉਹਦਾ ਵੀ ਹੈਗਾ, ਉਹਦੇ ਵਿੱਚ ਤਕਰਾਰਬਾਜ਼ੀ ਐਸੀ ਹੋ ਗਈ ਕਿ ਜੇਲ੍ਹ ਉਹਨੂੰ ਭੇਜਤਾ, ਜੇਲ੍ਹ ਭੇਜਤਾ, ਇੱਕ ਮੁੰਡਾ ਨਿਸ਼ਾਨ ਦਾ ਦੋਸਤ ਹੈਗਾ ਪੁਰਾਣਾ, ਉਹ ਉਹਦੀ ਵਾਈਫ ਨੂੰ ਕਹਿੰਦਾ ਵੀ ਲੈ ਹੁਣ ਬਚ ਕੇ ਬਾਹਰ ਨਹੀਂ ਆਉਂਦਾ ਤੇਰੇ ਘਰ ਵਾਲਾ, ਉਹਦੀ ਘਰੋਂ ਉੱਠਦੀ ਹੈ ਵਾਈਫ, ਦਰਖਾਸਤ ਲਿਖਾਉਂਦੀ ਹੈ, ਲਿਖ ਕੇ SSP ਨੂੰ ਦੇ ਦਿੰਦੀ ਹੈ ਵੀ ਆਹ ਗੱਲ ਸੁਣੀ ਹੈ ਵੀ ਮੇਰੇ ਪਤੀ ਨੂੰ ਜਾਂ ਤਾਂ ਚੇਂਜ ਕਰ ਦਿਓ ਅਤੇ ਜਾਂ ਉਹਦੀ ਸੁਰੱਖਿਆ ਦਾ ਖਿਆਲ ਰੱਖਿਆ ਜਾਵੇ, ਨਹੀਂ ਤਾਂ ਆਹ ਗੱਲ ਹੈਗੀ ਹੈ। 3 ਦਿਨ ਟੱਪਦੇ, 3 ਦਿਨਾਂ ਬਾਅਦ ਨਿਸ਼ਾਨ 14-15-20 ਜਣੇ ਲੈ ਕੇ ਜਾਂ ਜਿੰਨੇ ਜਣੇ ਵੀ ਲੈ ਕੇ ਉਹਨੂੰ E10 ਬੈਰਕ ਦੇ ਵਿੱਚ ਆ ਕੇ ਅਤੇ ਕੁੱਟਦੇ ਆ, ਪੂਰਾ ਚੰਗੀ ਤਰ੍ਹਾਂ ਤਸੱਲੀ ਨਾਲ ਕੁੱਟਦੇ ਆ। ਕੁੱਟਣ ਤੋਂ ਬਾਅਦ ਉਹਨੇ ਆਪ ਬਿਆਨ ਦਿੱਤੇ ਦੂਜੇ ਨੇ ਰਜਿੰਦਰ ਸਿੰਘ ਨੇ ਕਿ ਉਹ ਕਹਿੰਦੇ ਤੂੰ ਨਾਲੇ ਤਾਂ ਨਿਸ਼ਾਨ ਦੇ ਖਿਲਾਫ਼ ਬੋਲਦਾ ਸੀ, ਸੰਘਰਸ਼ ਕੀਤਾ ਸੀ, ਨਾਲੇ ਤੂੰ ਕਿੱਕੀ ਢਿੱਲੋਂ ਦੇ ਖਿਲਾਫ਼ ਬੋਲਦਾ, ਇਹ ਗੱਲਾਂ FIR 'ਚ ਲਿਖੀਆਂ ਜਿਹੜੀਆਂ ਉਹਨੇ ਕਰਾਈਆਂ। ਬਰਾੜ ਸਾਹਿਬ ਤੁਹਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ, ਨਿਸ਼ਾਨ ਸਿੰਘ ਨੂੰ ਸਿਆਸੀ ਸ਼ਾਹ ਕਹਿੰਦੀ ਰਹੀ ਹੈ, ਇਹ ਵੀ ਤੁਹਾਨੂੰ ਯਾਦ ਰੱਖਣਾ ਚਾਹੀਦਾ, ਇਹ ਸ਼ਰੂਤੀ ਗਾਣਾ ਤੁਸੀਂ ਜ਼ਿਕਰ ਕਰਦੇ ਪਏ ਹੋ ਨਾ। ਮੇਰੀ ਬੇਨਤੀ ਸੁਣ ਲਓ ਜੀ, ਮੇਰੀ ਬੇਨਤੀ ਸੁਣ ਲਓ, ਮੈਂ ਗੱਲ ਜੇਲ੍ਹਾਂ ਦੀ ਕਰ ਰਿਹਾ, ਜੇ ਸਾਡੇ ਵੇਲੇ ਦੀ ਕੋਈ ਗੱਲ ਹੈਗੀ ਤਾਂ ਮੈਂ ਤਾਂ ਕਰਨ ਜਾਂਚ ਜੇ ਕੋਈ ਹੈ ਤਾਂ, ਪਰ ਇਹ ਗੱਲਾਂ ਕੱਲਾ ਵਿਰੋਧੀ ਧਿਰ ਦੀਆਂ ਗੱਲਾਂ ਹੀ ਹੁੰਦੀਆਂ। ਇੱਕ ਮੇਰੀ ਇਹ ਬੇਨਤੀ ਹੈ ਕਿ ਉਹਨੇ ਸਾਰੀ FIR ਕਰਾਈ ਕਿ ਮੇਰੇ 'ਤੇ ਆਹ ਆਹ ਸੱਟਾਂ ਲੱਗ ਗਈਆਂ, ਆਹ ਹੋ ਗਿਆ ਅਤੇ ਆਹ ਗੱਲਾਂ ਹੋਈਆਂ, ਉਹਨੂੰ ਅੱਜ ਵੀ ਜੇਲ੍ਹ 'ਚੋਂ ਨਹੀਂ ਬਦਲਿਆ ਜਾ ਰਿਹਾ, ਅੱਜ ਵੀ ਉਹਦੇ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਫਿਰ ਮਤਲਬ ਕਿਹਦੇ ਕੋਲੇ ਜਾਇਆ ਜਾਵੇ ਨਾ, ਪਤਾ ਤਾਂ ਲੱਗੇ ਨਾ ਜਾਵੇ ਬੰਦਾ ਕਿਹਦੇ ਕੋਲੇ। ਮੈਂ ਕਲੋਜ਼ਿੰਗ ਕਰਨੀ, ਇੱਕ ਸਵਾਲ ਦਾ ਮੈਂ ਜਵਾਬ ਦਿੰਦਾ ਬਰਾੜ ਸਾਹਿਬ, ਤੁਸੀਂ ਹੁਣ ਸੁੱਖੀ ਰੰਧਾਵਾ ਅਤੇ ਜਿਹੜਾ ਕਥਿਤ ਵੀਡੀਓ ਦਾ ਮਾਮਲਾ ਹੈਗਾ, ਉਸ ਮਾਮਲੇ ਵਿੱਚ ਵੀ ਤੁਸੀਂ ਉਹਨਾਂ ਖਿਲਾਫ਼ ਮੋਰਚਾ ਖੋਲਿਆ ਹੋਇਆ, ਇਸ ਮਾਮਲੇ ਵਿੱਚ ਵੀ ਤੁਸੀਂ ਉਹਨਾਂ ਖਿਲਾਫ਼ ਮੋਰਚਾ ਖੋਲਿਆ, ਦਲਬੀਰ ਵਾਲਾ ਜਿਹੜਾ ਕਤਲਕਾਂਡ ਆ ਉਸ ਮਾਮਲੇ 'ਚ ਮੋਰਚਾ ਖੋਲਿਆ, ਹੁਣ ਤੁਹਾਡੀ ਪ੍ਰਾਇਓਰਟੀ ਕੀ ਹੈ? ਨਹੀਂ, ਮੇਰੀ ਇੱਕ ਬੇਨਤੀ ਹੈ KB ਸਾਹਿਬ ਵੀ ਜੇ ਸਾਡੇ ਪਹਿਲੇ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੂੰ ਕੋਈ ਮੰਦਾ ਚੰਗਾ ਬੋਲੇ ਕੀ ਮੋਰਚਾ ਨਾ ਖੋਲੀਏ, ਦੱਸ ਦਿਓ। ਨਹੀਂ, ਮੈਂ ਤਾਂ ਪੁੱਛਦਾ ਤੁਹਾਡੀ ਪ੍ਰਾਇਓਰਟੀ ਕੀ ਹੈ ਹੁਣ? ਸਾਡੀਆਂ ਸਾਰੀ ਪ੍ਰਾਇਓਰਟੀ ਹੈ ਹਰ ਪੰਜਾਬ ਦੇ ਵਸਿੰਦੇ ਦੀ, ਜੋ ਗੱਲ ਸਰਕਾਰ ਨਹੀਂ ਕਰੂਗੀ ਉਹਦੇ ਲਈ ਅਸੀਂ ਜਿੱਥੇ ਮਰਜ਼ੀ ਚੌਂਕ 'ਚ ਬਹਿਣਾ ਪਿਆ ਚੌਂਕ 'ਚ ਬੈਠਾਂਗੇ, ਸੜਕਾਂ 'ਤੇ ਉਤਰਨਾ ਪਿਆ ਸੜਕਾਂ 'ਤੇ ਉਤਰਾਂਗੇ, ਜਿਹਨਾਂ ਦੇ ਘਰਾਂ ਮੂਹਰੇ ਧਰਨੇ ਦੇਣੇ ਪਏ ਉੱਥੇ ਵੀ ਦੇਵਾਂਗੇ ਜਿੰਨਾ ਚਿਰ। ਹਾਂ, ਜੇ ਕੋਈ ਮਤਲਬ ਐਵੇਂ ਇੱਕ ਕਹਿੰਦੇ ਆ ਪਹਿਲਾਂ ਆਹ ਹੋਇਆ ਜੀ, ਮੈਂ ਨਾ ਜੇ ਪਹਿਲਾਂ ਕਿਸੇ ਦੀ ਕੋਈ ਇਨਵੋਲਵਮੈਂਟ ਹੈ ਤੁਸੀਂ ਕਰ ਦਿਓ ਪਰਚਾ ਦਰਜ, ਕਿਹੜੀ ਕੋਈ ਸ਼ਾਹੀ ਕਿਸੇ ਤੋਂ ਲਿਆਉਣੀ ਹੈ ਤੁਸੀਂ ਸਰਕਾਰ ਦੀ ਸ਼ਾਹੀ। ਲਾਸਟ ਮਿੰਟ ਤੁਹਾਡਾ ਚਾਹੀਦਾ, ਮਰਡਰ ਕਿਸੇ ਦਾ ਵੀ ਹੋਵੇ ਇਹ ਬਹੁਤ ਦੁਖਦਾਈ ਹੈ, ਬਹੁਤ ਨਿੰਦਣਯੋਗ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈਗਾ। ਪਰ ਮੇਰਾ ਆਖਰੀ ਸਵਾਲ ਹੈ, ਮੈਂ ਕਲੋਜ਼ ਕਰਨਾ ਇਹ ਡਿਬੇਟ, ਕਲੋਜ਼ਿੰਗ ਕਰਨੀ ਹੈ, ਕਿ ਜੇਲ੍ਹ ਮੰਤਰੀ ਦੀ ਕੁਰਸੀ ਖਤਰੇ ਵਿੱਚ ਹੈ? ਦੇਖੋ, ਇਸ ਮਾਮਲੇ ਨੂੰ ਲੈ ਕੇ ਮੈਨੂੰ ਨਹੀਂ ਲੱਗਦਾ ਵੀ ਜੇਲ੍ਹ ਮੰਤਰੀ, ਬਾਕੀ ਸਾਰੇ ਮਾਮਲਿਆਂ ਨੂੰ ਜੇ ਕਲੱਬ ਕੀਤਾ ਜਾਵੇ ਤਾਂ? ਦੇਖੋ, ਇਹ ਸਰਕਾਰ ਦੀ ਜਾਂਚ ਦਾ ਵਿਸ਼ਾ ਬਣਦਾ, ਮੈਨੂੰ ਨਹੀਂ ਲੱਗਦਾ ਵੀ ਇਹ ਇਸ ਢੰਗ ਨਾਲ ਲੈ ਕੇ ਤੁਸੀਂ ਉਹਦੀ ਕੁਰਸੀ ਖਤਰੇ 'ਚ ਹੋ ਜਾਵੇ। ਹੋ ਸਕਦਾ ਵੀ ਉਹ ਆਪਣੇ ਆਪ ਪੰਜਾਬ ਦੀ ਕਾਨੂੰਨ ਵਿਵਸਥਾ ਖਤਰੇ 'ਚ ਹੈ ਜੀ, ਪੰਜਾਬ ਦੀ ਕਾਨੂੰਨ ਵਿਵਸਥਾ ਖਤਰੇ 'ਚ, ਪੰਜਾਬ ਦੀ ਕਾਨੂੰਨ ਜਿਹੜੀ ਅਵਸਥਾ ਉਹ ਖਤਰੇ ਦੇ ਵਿੱਚ ਹੈਗੀ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਹੈ, ਜੋ ਉਹਨਾਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਆ। ਕੱਲ੍ਹ ਨਵਾਂ ਸਾਲ ਸੀਗਾ, ਨਵੇਂ ਸਾਲ 'ਚ ਨੂੰ ਵੀ ਉਹ ਆਪਣੇ ਕਿਸੇ ਮੰਤਰੀ ਨੂੰ, ਵਿਧਾਇਕ ਨੂੰ ਜਾਂ ਅਫਸਰਾਂ ਨੂੰ ਨਹੀਂ ਮਿਲੇ। ਘੱਟੋ ਘੱਟ ਦੀ ਜੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੂੰ ਆਪਣੀ ਛਵੀ ਸੁਧਾਰਨ ਦੀ ਜ਼ਰੂਰਤ ਆ। ਜੋ ਰਵੱਈਆ ਉਹਨਾਂ ਦਾ, ਜੋ ਲੋਕਾਂ ਨੇ ਸਰਕਾਰ 2002 ਤੋਂ 2007 ਵਾਲੀ ਦੇਖੀ, ਉਹ ਜੋ ਸਰਕਾਰ ਸੀ ਉਹ ਅੱਜ ਵਾਲੀ ਸਰਕਾਰ ਨਹੀਂ। ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਬਹੁਤ, ਉਹਨਾਂ ਨੂੰ ਬਦਲਣ ਦੀ ਜ਼ਰੂਰਤ ਆ। ਜੇ ਉਹ ਪੰਜਾਬ ਨੂੰ ਸੱਚਮੁੱਚ ਹਰਿਆ ਭਰਿਆ ਖੁਸ਼ਹਾਲ ਪੰਜਾਬ ਵਾਸੀ ਨੂੰ ਖੁਸ਼ਹਾਲ ਦੇਖਣਾ। ਮਾਝੇ 'ਚ, ਮਾਝੇ 'ਚ ਕੋਈ ਨਵੀਂ ਸਿਆਸਤ ਤਾਂ ਨਹੀਂ ਨਿਕਲ ਰਹੀ? ਦੇਖੋ ਜਿਹੜੀ KP ਜੀ ਸਿਆਸਤ ਦੀ ਗੱਲ ਆ, ਸਿਆਸਤ ਜਿਹੜਾ ਵਿਅਕਤੀ ਸਿਆਸਤ ਨਾਲ ਜੁੜਿਆ ਹੋਣੇ, ਆਪਣੀ ਸਿਆਸਤ ਨੂੰ ਚਮਕਾਉਣ ਵਾਸਤੇ, ਆਪਣੀ ਕੁਰਸੀ ਪਰ ਕਾਬਜ਼ ਹੋਣ ਵਾਸਤੇ ਹਰ ਤਰ੍ਹਾਂ ਦੀ ਜਿਹੜੀ ਸਿਆਸੀ, ਮਾਝੇ 'ਚ ਕੁਛ ਨਵਾਂ ਤਾਂ ਨਹੀਂ ਕਰ ਰਿਹਾ? ਹੋ ਸਕਦਾ ਵੀ ਮਾਝੇ 'ਚ ਕੁਛ। ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ ਛਿੱਬੜ ਸਾਹਿਬ ਤੁਹਾਡਾ, ਬਰਾੜ ਸਾਹਿਬ ਤੁਹਾਡਾ ਬਹੁਤ ਧੰਨਵਾਦ, ਗੁਰਮਿੰਦਰ ਮਾਂਗਰ ਤੁਹਾਡਾ ਬਹੁਤ ਧੰਨਵਾਦ, ਕੁਲਸ਼ਿੰਦਰ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ। ਸਵਾਲ ਸਾਰਿਆਂ 'ਤੇ ਹੈ ਕਿ